जय भीम जय भारत यूरोप ਅਤੇ ਯੂਕੇ ਦੇ ਦਰਸ਼ਕਾਂ ਦਾ ਲੋਟਸ ਟੀਵੀ ਡੀਐਮ ਗਲੋਬਲ ਸਕਾਈ ਚੈਨਲ 799 ਤੇ ਬੁੱਧਵਾਰ ਦੇ ਪ੍ਰੋਗਰਾਮ ਵਿੱਚ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ ਆਪ ਜੀ ਦਾ ਸਵਾਗਤ ਹੈ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਹਾਲਾਂਕਿ ਅਸੀਂ ਇੰਟਰੋਡਕਟਰੀ ਪ੍ਰੋਗਰਾਮ ਹੀ ਪੇਸ਼ ਕਰ ਰਹੇ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਜੋ ਹਿੱਸਾ ਲੈ ਰਹੇ ਹਨ ਆਓ ਪਹਿਲਾਂ ਤੁਹਾਡੀ ਉਹਨਾਂ ਨਾਲ ਜਾਣ ਪਹਿਚਾਣ ਕਰਾ ਦਿੱਤੀ ਜਾਵੇ ਸਭ ਤੋਂ ਪਹਿਲਾਂ ਸਾਡੀ ਕਮੇਟੀ ਦੀ ਮੈਂਬਰ ਸ਼੍ਰੀਮਤੀ ਰੇਖਾ ਪਾਲ ਜੀ ਅ ਰੇਖਾ ਜੀ ਅ ਲੋਟਸ ਟੀਵੀ ਤੇ ਆਪ ਜੀ ਦਾ ਸਵਾਗਤ ਹੈ ਅ ਦੂਸਰੇ ਕਮੇਟੀ ਦੇ ਪ੍ਰਧਾਨ ਅ ਤਰਸੀਮ ਕਾਲ ਜੀ ਅ ਲੋਟਸ ਟੀਵੀ ਦੇ ਸਟੂਡੀਓ ਵਿੱਚ ਹਾਜ਼ਰ ਹਨ ਕੌਲ ਸਾਹਿਬ ਸਟੂਡੀਓ ਵਿੱਚ ਆਪ ਜੀ ਦਾ ਸੁਆਗਤ ਹੈ ਨਮਾ ਬੰਦਾ ਜੈਪੇਨ ਚੁੱਕੇ ਹੋਰ ਜੋਰ ਦੇ ਸਾ ਰੇਖਾ ਸ਼ਾਨੂ ਰੇਖਾ ਪਾਲ ਜੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਦੇ ਮੈਂਬਰ ਹਨ 2001 ਵਿੱਚ ਕਮੇਟੀ ਦੇ ਮੈਂਬਰ ਵਰਿੰਦਰ ਪਾਲ ਜੀ ਨਾਲ ਉਹਨਾਂ ਦੀ ਬੁੱਧਿਸਤ ਸੈਲੀਬ੍ਰਿਟੀ ਦੇ ਨਾਲ ਸ਼ਾਦੀ ਹੋਈ ਸੀ ਇਨਾਂ ਦੇ ਸੋਰਾ ਸਾਹਿਬ ਬਿਸ਼ਨ ਦਾਸ ਪੋਲ ਜੀ ਉਹ ਵੀ ਕਮੇਟੀ ਦੇ ਮੈਂਬਰ ਸਨ ਔਰ ਇਹਨਾਂ ਦੇ ਬ੍ਰਦਰ ਇਨ ਲਾ ਜੋ ਕਿ ਜੇਠ ਹਨ ਰਾਜਕਮਰ ਪੋਲ ਜੀ ਸਾਰੀ ਉਮਰ ਹੀ ਉਹਨਾਂ ਨੇ ਕਮੇਟੀ ਦੇ ਫਰੰਟ ਲਾਈਨ ਤੇ ਕੰਮ ਕੀਤਾ ਹੈ ਅੱਜ ਕੱਲ ਉਹ ਜੋ ਫਲੋਰ ਦੇ ਵਿੱਚ ਸੈਂਟਰ ਬਣ ਰਿਹਾ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਜੋ ਰੇਖਾ ਪੋਲ ਜੀ ਹਨ ਏ ਲੋਟਸ ਟੀਵੀ ਦੀ ਟੀਮ ਨਾਲ ਅਗਲੀ ਕਤਾਰ ਵਿੱਚ ਤੁਹਾਡੇ ਸਾਹਮਣੇ ਪੇਸ਼ ਹੋਇਆ ਕਰਨਗੇ ਰੇਖਾ ਪੌਲਜੀ ਨੇ 13 ਸਾਲ ਦੀ ਉਮਰ ਵਿੱਚ ਹੀ ਆਪਣੇ ਭਰਾ ਐਡਵੋਕੇਟ ਪਲਵਿੰਦਰ ਪਲਵ ਨਾਲ ਤਕਰੀਬਨ 1986 ਵਿੱਚ ਹੀ ਅ দীક્ષા ਲਈ ਸੀ ਕਾਲਜ ਦੇ ਸਮੇਂ ਦੌਰਾਨ ਇਹਨਾਂ ਨੇ ਸਮਾਜਿਕ ਕੰਮਾਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਆਓ ਅੱਜ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਅ ਰੇਖਾ ਜੀ ਤੁਸੀਂ ਦੱਸੋਗੇ ਕਿ ਇਤਨੀ ਛੋਟੀ ਉਮਰ ਵਿੱਚ ਤੁਸੀਂ ਬੁੱਧ ਧਰਮ ਕਿਵੇਂ ਅਪਣਾਇਆ ਨਵਾਂ ਬੁੱਧਾ ਚੈਪੀਮ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਸਭ ਨੂੰ ਬਹੁਤ ਹੀ ਵਧਾਈਆਂ ਦੇ ਰਹਾਂ ਤੇ ਤੁਹਾਡੇ ਸਵਾਲ ਦੇ ਮੁਤਾਬਕ ਬਹੁਤ ਛੋਟੀ ਉਮਰ ਦੇ ਵਿੱਚ ਬੋਧਿਸਮ ਨੂੰ ਸਮਝਣਾ ਮੇਰੇ ਵੱਡੇ ਭਰਾ ਜਿਹੜੇ ਪਲਵਿੰਦਰ ਹੈ ਉਹ ਤੇ ਮੈਂ ਅਸੀਂ ਸਾਡੇ ਹੁਸ਼ਿਆਰਪੁਰ ਦੇ ਵਿੱਚ ਡਾਕਟਰ ਅੰਬੇਡਕਰ ਲਾਇਬ੍ਰੇਰੀ ਸੀ ਡਾਕਟਰ ਬਾਬਾ ਸਾਹਿਬ ਦੇ ਜਦੋਂ ਵੀ ਜਨਮ ਦਿਨ ਦੇ ਤਿਆਰੀਆਂ ਹੁੰਦੀਆਂ ਸਨ ਤੇ ਅਸੀਂ ਦੋਨੋਂ ਜਣੇ ਕਿਤਾਬਾਂ ਦੀਆਂ ਸਟਾਲਾ ਲਾਉਂਦੇ ਸੀਗੇ ਜੀ ਵੇਚਦੇ ਸੀ ਕਿਤਾਬਾਂ ਨੂੰ ਆਪਣੇ ਸਕੂਲ ਦੇ ਲਈ ਆਪਣੀ ਲਾਇਬ੍ਰੇਰੀ ਦੇ ਲਈ ਤੇ ਅਸੀਂ ਉਹਨਾਂ ਨੂੰ ਪੜ੍ਹਦੇ ਵੀ ਸੀ ਜੀ ਤੇ ਜਦੋਂ ਉੱਥੇ ਸਾਡੇ ਬੁੱਧਿਸਟ ਜਿਹੜੇ ਸਾਡੇ ਉਪਾਸਕ ਸੀਗੇ ਪੰਦੇ ਸੀਗੇ ਪ੍ਰਧਾਨ ਸੀਗੇ ਉਹਨਾਂ ਨਾਲ ਰਿਲੇਵੈਂਟ ਉਹ ਮੰਕਸ ਨੂੰ ਬੁਲਾਉਂਦੇ ਹੁੰਦੇ ਸੀਗੇ ਤੇ ਅਸੀਂ ਉਹਨਾਂ ਨੂੰ ਭੋਜਨ ਖਵਾਉਣਾ ਉਹਨਾਂ ਦੀ ਸੰਗਤ ਕਰਨਾ ਤੇ ਉਹਨਾਂ ਦੇ ਨਾਲ ਰਹਿਣ ਨਾਲ ਸਾਡੇ ਤੇ ਇੰਨਾ ਪ੍ਰਭਾਵ ਪਿਆ ਕਿ ਸਾਨੂੰ ਹੋਰ ਕੋਈ ਧਰਮ ਵਾਲੇ ਦੁਆਲੇ ਦਿਸਿਆ ਹੀ ਨਹੀਂ ਸਾਨੂੰ ਇਹ ਹੀ ਸੀ ਕਿ ਇਹ ਹੀ ਸਾਡਾ ਧਰਮ ਅਸੀਂ ਇਹਦੇ ਲਈ ਜਨਮ ਲਿਆ ਜੀ ਤੇ ਉਸ ਤੋਂ ਪ੍ਰੇਰਿਤ ਹੋ ਕੇ ਅਸੀਂ ਬਹੁਤ ਹੀ ਜੰਗ ਉਮਰ ਦੇ ਵਿੱਚ ਡਿਸੀਜਨ ਲਿਆ ਮੈਂ ਤੇ ਮੇਰੇ ਭਰਾ ਨੇ ਤੇ ਅਸੀਂ ਬੁੱਧ ਦੀਕਸ਼ਾ ਲਈ ਉਸ ਮੇਰੀ ਉਮਰ 13 ਸਾਲ ਦੀ ਸੀ ਤੇ ਅਸੀਂ ਉਸ ਤੋਂ ਬਾਅਦ ਇਸ ਰਸਤੇ ਦੇ ਉੱਪਰ ਆਪਣੇ ਆਪ ਨੂੰ ਤੋਰ ਲਿਆ ਜੀ ਤੁਸੀਂ ਦੱਸੋਗੇ ਕਿ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਕਿ ਤੁਹਾਡਾ ਗੋਤ ਜਿਹੜਾ ਉਹ ਤਾਂ ਬੱਧਨ ਆ ਲੇਕਿਨ ਜੋ ਤੁਹਾਡੇ ਭਰਾ ਐਡਵੋਕੇਟ ਨੇ ਉਹਨਾਂ ਨੇ ਉਹ ਆਪਣਾ ਜਿਹੜਾ ਗੋਤ ਹੈ ਉਸ ਨੂੰ ਵੀ ਨਾਲ ਆਪਣੇ ਨਾਂ ਦੇ ਜੋੜਨਾ ਬੰਦ ਕਰ ਦਿੱਤਾ ਇਸ ਦਾ ਕੀ ਕਾਰਨ ਸੀ ਇਸ ਦਾ ਕਾਰਨ ਇਹ ਸੀ ਕਿ ਉਹਨਾਂ ਦਾ ਜਿਹੜਾ ਸੋਚ ਪੱਧਰ ਸੀ ਉਹ ਬਿਲਕੁਲ ਅੰਬੇਡਕਰ ਇਜ਼ਮ ਦੇ ਨਾਲ ਜੁੜ ਗਿਆ ਸੀ ਉਹ ਕਹਿੰਦੇ ਸੀ ਕਿ ਇਸ ਕਾਸਟ ਇਜ਼ਮ ਦੇ ਵਿੱਚ ਜਦੋਂ ਤੱਕ ਅਸੀਂ ਆਪਣਾ ਸਰਨੇਮ ਲਾਵਾਂਗੇ ਉਦੋਂ ਤੱਕ ਅਸੀਂ ਉਸ ਕੈਟਾਗਰੀ ਦੇ ਵਿੱਚ ਹੀ ਰਹਿਣਾ ਤੇ ਮੈਂ ਅੱਜ ਬੁੱਧਿਸਟ ਬਣੇ ਹਾਂ ਆਪਾਂ ਦੀਖਸ਼ਾ ਲੈ ਲਈਆ ਤੇ ਹੁਣ ਗੋਤਰ ਦਾ ਤਤ ਮਤਲਬ ਹੀ ਨਹੀਂ ਰਿਹਾ ਤੇ ਉਹਨਾਂ ਨੇ ਸਾਡੇ ਮਾਤਾ ਪਿਤਾ ਦੇ ਪਰਮਿਸ਼ਨ ਵੀ ਲਈ ਫਾਦਰ ਸਾਹਿਬ ਨੂੰ ਵੀ ਕਿਹਾ ਕਿ ਤੁਹਾਨੂੰ ਇਹਦੇ ਵਿੱਚ ਕੋਈ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ ਅੱਜ ਮੈਂ ਆਪਣਾ ਚੂਸ ਕੀਤਾ ਤੇ ਉਹ ਆਪਣੇ ਸਟੱਡੀ ਦੇ ਟਾਈਮ ਤੇ ਜਦੋਂ ਉਹਨਾਂ ਨੇ ਐਲ ਐਲ ਬੀ ਐਂਡ ਐਲ ਐਲ ਐਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਐਡਵੋਕੇਟ ਦੀ ਡਿਗਰੀ ਬਾਅਦ ਚ ਮਿਲੀ ਤੇ ਉਹਨਾਂ ਨੇ ਆਪਣੇ ਨੇਮ ਪਲੇਟ ਦੇ ਪਲਵਿੰਦਰ ਪੱਲਵ ਹੀ ਜਿਹੜਾ ਲਗਾਇਆ ਤੇ ਉਹ ਪੰ ਲਾਸਟ 15 ਸਾਲਾਂ ਤੋਂ ਐਜ਼ ਏ ਵਕੀਲ ਉਹ ਆਪਣੇ ਸਮਾਜ ਦੀ ਸੇਵਾ ਕਰ ਰਹੇ ਆ। ਥੈਂਕ ਯੂ ਵੈਰੀ ਮਚ ਮੇਰਾ ਦੂਸਰਾ ਸਵਾਲ ਹੈ ਆਪ ਵਾਸਤੇ ਸਾਹਿਤ ਵਿੱਚ ਤੁਹਾਡੀ ਕੀ ਰੁਚੀ ਹੈ? ਮੈਂ ਕਈਆਂ ਪ੍ਰੋਗਰਾਮਾਂ ਵਿੱਚ ਤੁਹਾਡੀਆਂ ਲਿਖੀਆਂ ਕਵਿਤਾਵਾਂ ਸੁਣੀਆਂ ਹਨ। ਕਵਿਤਾਵਾਂ ਦਾ ਮਿਆਰ ਬਹੁਤ ਵਜ਼ਨਦਾਰ ਹੈ। ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋਗੇ ਕਿ ਜਿਹੜੀ ਤੁਹਾਡੀ ਸਾਹਿਤਕ ਰੁਚੀ ਹੈ ਉਹ ਉਹ ਕਿਸ ਤਰ੍ਹਾਂ ਦੀ ਹੈ ਬਿਲਕੁਲ ਅਸੀਂ ਜਿਸ ਤਰ੍ਹਾਂ ਬਚਪਨ ਦੇ ਵਿੱਚ ਉਸ ਸਮਾਜ ਦੇ ਵਿੱਚ ਸਾਡਾ ਪਾਲਣ ਪੋਸ਼ਣ ਹੋਇਆ ਤੇ ਜਦੋਂ ਅਸੀਂ ਇਹ ਚੀਜ਼ ਅੰਬੇਡਕਰਿਜ਼ਮ ਆਪਣਾ ਉਸ ਟਾਈਮ ਤੇ ਬਹੁਤ ਥੋੜਾ ਸੀ ਬਹੁਤ ਘੱਟ ਸਮਝ ਆਉਂਦਾ ਸੀਗਾ ਤੇ ਅਸੀਂ ਹਮੇਸ਼ਾ ਹੀ ਮੈਂ ਕਾਲਜ ਦੇ ਵਿੱਚ ਆਪਣੇ ਐਡੀਟੋਰੀਅਲ ਬੋਰਡ ਦੀ ਮੈਂਬਰ ਹੁੰਦੀ ਸੀ ਮੈਗਜ਼ੀਨ ਛਪਦਾ ਸੀ ਜੀ ਤੇ ਉਹਦੇ ਵਿੱਚ ਮੈਂ ਆਪਣਾ ਆਰਟੀਕਲ ਵੀ ਦੇਣਾ ਉਹਦੇ ਵਿੱਚ ਲਿਖਤਾ ਲਿਖਣੀਆਂ ਫੇਰ ਛੋਟੀਆਂ-ਛੋਟੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਆਪਣੀ ਸੁਸਾਇਟੀ ਆਪਣੇ ਸਮਾਜ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਰੈਲੇਵੈਂਟ ਸਮੱਸਿਆਵਾਂ ਤੇ ਖੁਸ਼ੀ ਦੇ ਟਾਈਮ ਤੇ ਉਸ ਟਾਈਮ ਤੇ ਅਮਰ ਉਸਾਲਾ ਨਿਊਜ਼ਪੇਪਰ ਵੀ ਨਿਕਲਦਾ ਹੁੰਦਾ ਸੀ ਉਸ ਟਾਈਮ ਤੇ ਉਹਦੇ ਵਿੱਚ ਵੀ ਵੈਲੈਂਟਾਈਨ ਡੇਸ ਆਇਆ ਉਹਦਾ ਮਤਲਬ ਸਮਝਾਣਾ ਇੱਦਾਂ ਦੇ ਛੋਟੇ ਛੋਟੇ ਆਰਟੀਕਲ ਲਿਖਦੀ ਹੁੰਦੀ ਸੀ ਜੀ ਉਸ ਤੋਂ ਬਾਅਦ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਤੇ ਉਹਦੇ ਅੰਡਰ ਮੈਂ ਪੰਜਾਬ ਪੰਜਾਬੀ ਕਲਾ ਮੰਚ ਮੋਹਾਲੀ ਜੀ ਉਹਨਾਂ ਦੇ ਅੰਡਰ ਜਦੋਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜਾ ਕਿ ਮੈਂ ਹੁਸ਼ਿਆਰਪੁਰ ਐਸਡੀ ਕਾਲਜ ਸਨਾਤਨ ਧਰਮ ਕਾਲਜ ਦੀ ਕੈਂਡੀਡੇਟ ਸੀਗੀ ਤੇ ਉਹਨਾਂ ਦੇ ਅੰਡਰ ਮੈਨੂੰ ਆਪਣਾ ਹੋਰ ਲਿਟਰੇਚਰ ਲਿਖਣ ਦਾ ਮੌਕਾ ਮਿਲਿਆ ਤੇ ਮੈਂ ਦੋ ਨਾਟਕ ਲਿਖੇ ਜੀ ਇੱਕ ਦਾ ਨਾਮ ਸੰਘਰਸ਼ ਸੰਘਰਸ਼ جاری ਹੈ ਜੀ ਜਿਹੜਾ ਕਿ ਇੱਕ ਔਰਤ ਦੇ ਬਿਹੇਵ ਨੂੰ ਉਹਦੀ ਅ ਥਿੰਕਿੰਗ ਨੂੰ ਲੈ ਕੇ ਸੀ ਕਿ ਉਸ ਦੀ ਇੱਕ ਡਾਟਰ ਹੈ ਉਹਦਾ ਵਿਆਹ ਕਰਨਾ ਹੈ ਜਾਂ ਉਹਨੂੰ ਪੜਾਉਣਾ ਲਿਖਾਉਣਾ ਉਹ ਸਾਰਾ ਕੁਝ ਉਹਦੇ ਮਾਈਂਡ ਦੇ ਵਿੱਚ ਘੁੰਮਦਾ ਸੀ ਜੀ ਤੇ ਦੂਸਰਾ ਨਾਟਕ ਸੀ ਚੜਦੇ ਨੂੰ ਸਲਾਮ ਜੀ ਤੇ ਉਹ ਦੋਨੋਂ ਨਾਟਕ ਮੇਰੇ ਕਾਲਜ ਵੱਲੋਂ ਸਬਮਿਟ ਕੀਤੇ ਗਏ ਆਰਟ ਪੰਜਾਬੀ ਕਲਾ ਸੈਂਟਰ ਮੋਹਾਲੀ ਨੂੰ ਜੀ ਤੇ ਉਹਦੇ ਵਿੱਚ ਮੈਨੂੰ ਅਵਾਰਡ ਵੀ ਮਿਲਿਆ ਤੇ ਮੇਰੀ ਬਹੁਤ ਸਹਿਾਨਾ ਵੀ ਕੀਤੀ ਗਈ ਤੇ ਬਹੁਤ ਸਾਰੇ ਚੰਗੇ ਚੰਗੇ ਨਾਟਕਕਾਰਾਂ ਨੂੰ ਗੋ ਆਪਣੇ ਭਾਈ ਮੰਨਾ ਸਿੰਘ ਜਿਹੜੇ ਤੁਸੀਂ ਬਹੁਤ ਸਾਲ ਪਹਿਲਾਂ ਟੀਵੀ ਤੇ ਵੀ ਦੇਖਿਆ ਮੈਂ ਉਹਨਾਂ ਤੋਂ ਵੀ ਬਹੁਤ ਪ੍ਰੇਰਿਤ ਹੋਈ ਸੀ ਉਹ ਸਾਡੇ ਸਮਾਜਿਕ ਜ਼ਿੰਦਗੀ ਨੂੰ ਪ੍ਰੋਡਿਊਸ ਕਰਦੇ ਸੀ ਤੇ ਉਹਨਾਂ ਨੂੰ ਮੈਂ ਪਰਸਨਲ ਵੀ ਮਿਲੀ ਜਦੋਂ ਮੈਨੂੰ ਅਵਾਰਡ ਮਿਲਿਆ ਤੇ ਉੱਥੋਂ ਲੱਗ ਕੇ ਫਿਰ ਮੈਨੂੰ ਆਪਣੇ ਸਮਾਜ ਦੇ ਨਾਲ ਜਿੰਨੀ ਅਟੈਚਮੈਂਟ ਹੋਈ ਤੇ ਉੱਥੋਂ ਪ੍ਰੇਰਿਤ ਹੋ ਕੇ ਫਿਰ ਮੈਂ ਗਾਂਹ ਆਪਣਾ ਸਮਾਜਿਕ ਸਰਗਰਮੀਆਂ ਕਵਿਤਾਵਾਂ ਆਪਣੇ ਇਸ ਕੰਮ ਨੂੰ ਲਿਖਦੇ ਗਾਂਹ ਵੱਧ ਗਈ ਤੁਸੀਂ ਹੁਣ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਬਾਰੇ ਜਨਤਾ ਤਾਗਤ ਬੁੱਧ ਬਾਰੇ ਕਵਿਤਾਵਾਂ ਲਿਖਦੇ ਹੋ ਕਿੰਨੀਆਂ ਕਵਿਤਾਵਾਂ ਤੁਸੀਂ ਕਿੰਨਾ ਕ ਲਿਟਰੇਚਰ ਤੁਸੀਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਬਾਰੇ ਅਤੇ ਤਾਗਤ ਬੁੱਧ ਬਾਰੇ ਲਿਖਿਆ ਇਹਦੇ ਬਾਰੇ ਥੋੜਾ ਜਿਆਦਾ ਦੱਸੋ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਅਸੀਂ ਆਪਣਾ ਜਿਸ ਤਰ੍ਹਾਂ ਬੁੱਧਿਸੈਂਟਰ ਆਪਣਾ ਬੋਲਵਹੈਂਪਟਨ ਦੇ ਵਿੱਚ ਹੈ ਅਸੀਂ ਉਹਦੇ ਮੈਂਬਰ ਹਾਂ ਹਮੇਸ਼ਾ ਹੀ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਦਾ ਹੈ ਤੇ ਉੱਥੇ ਮੈਂ ਜ਼ਰੂਰ ਕੋਸ਼ਿਸ਼ ਕਰਦੀ ਹਾਂ ਕਿ ਕੋਈ ਮੈਂ ਆਪਣੇ ਦੁਆਰਾ ਲਿਖਾਂ ਉਹਨਾਂ ਦੀ ਪ੍ਰੇਰਣਾ ਕਰਕੇ ਹੈ ਸਾਨੂੰ ਤੇ ਮੈਂ ਉਹਨਾਂ ਦੇ ਜਨਮ ਦਿਨ ਤੇ ਜਰੂਰ ਕੋਈ ਕਵਿਤਾ ਬੋਲਦੀ ਆ ਜਦੋਂ ਸਾਡੇ ਭੰਤੇ ਜੀ ਉੱਥੇ ਉਹਨਾਂ ਦੇ ਵੱਡੇ ਭੰਤੇ ਜੀ ਦਾ ਬਰਥਡੇ ਵੀ ਮੈਂ ਉਹਨਾਂ ਦੇ ਬਰਥਡੇ ਤੇ ਵੀ ਉਹਨਾਂ ਲਈ ਕਵਿਤਾ ਲਿਖੀ ਤੇ ਬਾਕੀ ਬਹੁਤ ਸਾਰੇ ਲਿਖਾਰੀਆਂ ਦੀਆਂ ਕਵਿਤਾਵਾਂ ਜਿਹੜੀਆਂ ਮੈਂ ਉਹਨਾਂ ਨੂੰ ਵੀ ਪੜ੍ਹਦੀ ਆ ਤੇ ਆਪਣੇ ਬੁੱਧਿਜ਼ਮ ਦੇ ਉੱਪਰ ਮੈਂ ਬਹੁਤ ਸਾਰੇ ਛੋਟੀਆਂ-ਛੋਟੀਆਂ ਨਜ਼ਮਾਂ ਜਾਂ ਕਵਿਤਾਵਾਂਾਂ ਜਾਂ ਛੋਟੇ-ਛੋਟੇ ਆਰਟੀਕਲ ਵੀ ਲਿਖਦੀਆਂ ਜਿਹੜੇ ਯੰਗ ਬੱਚੇ ਨੇ ਸਾਡੀ ਕਮਿਊਨਿਟੀ ਦੇ ਵਿੱਚ ਉਹਨਾਂ ਦੇ ਨਾਲ ਸਲਾਹਕਾਰੀ ਕਰਦੇ ਜਦੋਂ ਸਾਡੇ ਬੁੱਧਿਸਟ ਟੈਂਪਲ ਦੇ ਵਿੱਚ ਕੈਂਪ ਵੀ ਲੱਗਦੇ ਆ ਤੇ ਅਸੀਂ ਉਹਨਾਂ ਨਾਲ ਵੀ ਗੱਲ ਦੱਸਦੇ ਆ ਉਹਨਾਂ ਨੂੰ ਪੰਜਾਬੀ ਵਿੱਚ ਵੀ ਦੱਸਦੇ ਆ ਤਾਂ ਇੰਗਲਿਸ਼ ਵਿੱਚ ਵੀ ਦੱਸਦੇ ਆ ਤੇ ਸਾਡੇ ਮੰੰਕਸ ਜਿਹੜੇ ਆ ਉਹ ਵੀ ਉਹਨਾਂ ਨੂੰ ਦੱਸਦੇ ਜਦੋਂ ਮੈਡੀਟੇਸ਼ਨ ਕਲਾਸਸ ਲਾਉਂਦੇ ਆ ਤੇ ਉਹ ਸਾਡੇ ਬੱਚਿਆਂ ਨੂੰ ਬਹੁਤ ਨਾਈਸ ਲੱਗਦਾ ਤੇ ਪੰਜਾਬੀ ਤੋਤਲੀ ਭਾਸ਼ਾ ਵਿੱਚ ਉਹ ਬਹੁਤ ਸੋਹਣੀਆਂ ਕਈ ਵਾਰ ਮੇਰੀਆਂ ਹੀ ਲਾਈਨਾਂ ਮੈਨੂੰ ਸੁਣਾਉਂਦੇ ਆ ਜੀ ਥੈਂਕ ਯੂ ਅੱਛਾ ਮੇਰਾ ਅਗਲਾ ਕੁਐਸਚਨ ਹੈ ਕਿ ਤੁਹਾਡੇ ਵਿੱਚ ਸਮਾਜ ਸੇਵਾ ਦੀ ਭਾਵਨਾ ਛੋਟੀ ਉਮਰ ਵਿੱਚ ਲੱਗ ਗਈ ਸੀ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਤੁਸੀਂ ਸਮਾਜ ਵਿੱਚ ਜਿਹੜੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਮੇਰੇ ਲਈ ਤਾਂ ਬੜੀ ਅਸਚਰਜਤਾ ਵਾਲੀ ਗੱਲ ਹੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਤੁਸੀਂ ਸਮਾਜ ਦੇ ਵਿੱਚ ਜਿਹੜੇ ਕੰਮ ਕੀਤੇ ਆ ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋਗੇ ਹਾਂਜੀ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਹੈ ਕਿ ਮੈਂ ਕਾਲਜ ਦੇ ਵਿੱਚ ਪੜ ਰਹੀ ਸੀ ਸਨਾਤਨ ਦਰਮ ਕਾਲਜ ਐਸਟੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਜੀ ਤੇ ਜਦੋਂ ਮੈਂ ਕਾਲਜ 'ਚ ਪੜ ਰਹੀ ਸੀ ਤਾਂ ਮੈਂ ਆਪਣੇ ਸਮਾਜ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਕੁਝ ਐਦਾਂ ਦੇ ਬੱਚਿਆਂ ਨੂੰ ਮਿਲੀ ਜਿਨ੍ਹਾਂ ਦੇ ਵਿੱਚ ਬਹੁਤ ਟੈਲੈਂਟ ਭਰਿਆ ਹੋਇਆ ਸੀ ਪਰ ਉਹਨਾਂ ਨੂੰ ਜਿੱਦਾਂ ਫਾਈਨੈਂਸ਼ੀਅਲੀ ਸਪੋਰਟ ਨਹੀਂ ਸੀ ਪਰਿਵਾਰਾ ਵੱਲੋਂ ਉਹਨਾਂ ਨੂੰ ਸੇਧ ਨਹੀਂ ਸੀ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਚੰਗੇ ਸਕੂਲਾਂ ਦੇ ਵਿੱਚ ਜਗ੍ਹਾ ਨਹੀਂ ਮਿਲਦੀਆਂ ਸੀਗੀਆਂ ਤੇ ਮੈਂ ਉਸ ਟਾਈਮ ਪ੍ਰਣ ਕਰ ਲਿਆ ਕਿ ਮੇਰੇ ਕੋਲ ਜਿੰਨੀ ਐਜੂਕੇਸ਼ਨ ਜਿੱਥੇ ਤੱਕ ਮੈਂ ਆਲਰੇਡੀ ਪਹੁੰਚ ਚੁੱਕੀ ਹਾਂ ਉਹ ਮੇਰੇ ਕੋਲ ਨੋਲਜ ਹੈ ਤਾਂ ਮੈਂ ਇਹਨਾਂ ਦੀ ਹੈਲਪ ਕਰ ਸਕਦੀ ਹਾਂ ਜੀ ਤੋਂ ਮੈਂ ਨਿਰਣੈ ਕੀਤਾ ਤੇ ਮੈਂ ਆਪਣੇ ਜਿੱਥੇ ਸਾਡਾ ਨਿਵਾਸ ਹੈ ਸ਼ਿਵਾਸ਼ ਨਗਰ ਦੇ ਵਿੱਚ ਤੇ ਮੈਂ ਛੋਟਾ ਜਿਹਾ ਹਮਾਵਾ ਨਾਮ ਦੇ ਨਾਲ ਕੰਪਿਊਟਰ ਸੈਂਟਰ ਤੇ ਟਿਊਸ਼ਨ ਸੈਂਟਰ ਖੋਲਿਆ ਜੀ ਜਿਹਦੇ ਵਿੱਚ ਮੈਂ ਉਹ ਲੋੜਵੰਦ ਬੱਚਿਆਂ ਦੇ ਨਾਲ-ਨਾਲ ਹੋਰ ਬੱਚਿਆਂ ਨੂੰ ਵੀ ਟਿਊਸ਼ਨਾਂ ਪੜਾਈਆਂ ਜਿਹੜੇ ਪੈਸੇ ਟਿਊਸ਼ਨ ਦੇ ਲੈਂਦੀ ਸੀ ਜਿਨ੍ਹਾਂ ਤੋਂ ਉਹ ਪੈਸੇ ਜਿਹੜੇ ਬੱਚਿਆਂ ਦੀ ਜ਼ਰੂਰਤ ਸੀ ਉਹਨਾਂ ਤੇ ਖਰਚ ਕੇ ਤੇ ਉਹਨਾਂ ਦਾ ਬੈਲੈਂਸ ਕਰਦੇ ਸੀ ਤੇ ਲਗਭਗ ਮੈਂ 8 ਸਾਲ ਟਿਊਸ਼ਨ ਸੈਂਟਰ ਨੂੰ ਦਿਨ ਰਾਤ ਚਲਾਇਆ ਤੇ ਜਦੋਂ ਮੇਰਾ ਵਿਆਹ ਹੋਇਆ 27 ਏਜ ਵਿੱਚ ਉਸ ਟੈਮ ਘਟ ਘਟ 232 260 ਸਟੂਡੈਂਟ ਮੇਰੇ ਆਪਣੇ ਸੀ ਤੇ ਜਦੋਂ ਉਹਨਾਂ ਨੂੰ ਮੈਂ ਹਰ ਸਾਲ ਇਨਕ੍ਰੀਸ ਕਰਨ ਦੇ ਲਈ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਕਰਨ ਦੇ ਲਈ ਖੁਸ਼ੀਆਂ ਨੂੰ ਆਪਣੇ ਬੇੜੇ ਦੇ ਵਿੱਚ ਇਕੱਠਾ ਕਰਨ ਦੇ ਲਈ ਉਹਨਾਂ ਦੇ ਵਿੱਚ ਮੋਰ ਸਟਰੈਂਥ ਲਿਆਉਣ ਦੇ ਲਈ ਮੈਂ ਨਵੇਂ ਸਾਲ ਦਾ ਪ੍ਰੋਗਰਾਮ ਆਰਗੇਨਾਈਜ਼ ਕਰਦੀ ਸੀ ਪਰਸਨਲ ਤੌਰ ਤੇ ਤੇ ਉਹਨਾਂ ਨੂੰ ਸਾਰੇ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਾਉਣੀਆਂ ਸਾਰੇ ਤਰ੍ਹਾਂ ਤਾਂ ਉਹਨਾਂ ਦਾ ਕੌਨਫੀਡੈਂਸ ਜਿਹੜਾ ਵਧਾਉਣਾ ਕਿ ਉਹ ਆਪਣੇ ਸਕੂਲਾਂ ਦੇ ਵਿੱਚ ਉਹਨਾਂ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਮੋਰੇ ਪੇਸ਼ ਕਰ ਸਕਣ ਤੇ ਬਹੁਤ ਹੀ ਵਧੀਆ ਉਹ ਚੱਲਿਆ ਤੇ ਮੇਰੇ ਸਟੂਡੈਂਟ ਜਿਹੜੇ ਵਿਦਿਆਰਥੀ ਆ ਜਿਨ੍ਹਾਂ ਨੂੰ ਮੈਂ ਜਿੰਨੀ ਹੈਲਪ ਕਰ ਸਕਦੀ ਸੀ ਕੀਤੀ ਤੇ ਉਹ ਅਜੇ ਤੱਕ ਵੀ ਮੇਰੇ ਸੰਪਰਕ ਵਿੱਚ ਹਨ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਉਹ ਅੱਜ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਬਹੁਤ ਅੱਛੀਆਂ ਪੋਸਟਾਂ ਤੇ ਅੱਛੇ ਕੰਟਰੀਆਂ 'ਚ ਇੱਥੋਂ ਤੱਕ ਕਿ ਘੱਟੋ-ਘੱਟ 30 ਕੈਂਡੀਡੇਟ ਜਿਹੜੇ ਮੇਰੇ ਉਹਨਾਂ ਬੱਚਿਆਂ 'ਚੋਂ ਜਿਹੜੇ ਮੈਂ ਆਪ ਚੁਣਿਆ ਉਹਨਾਂ ਦੀ ਹੈਲਪ ਕੀਤੀ ਆ ਇਸ ਟਾਈਮ ਕੋਈ ਪ੍ਰੋਫੈਸਰ ਹੈ ਕੋਈ ਡਾਕਟਰ ਹੈ ਕੋਈ ਜਰਮਨ ਦੇ ਵਿੱਚ ਹੈ ਕੋਈ ਕੈਲਿਫੋਰਨੀਆ ਦੇ ਵਿੱਚ ਹੈ ਤੋ ਉਹ ਅਜੇ ਤੱਕ ਵੀ ਮੈਨੂੰ ਉਸੇ ਮਿਆਰ ਨਾਲ ਦੇਖਦੇ ਆ ਤੇ ਉਹ ਕਹਿੰਦੇ ਵੀ ਤੁਸੀਂ 16 ਸਾਲ ਹੋ ਗਏ ਤੁਹਾਨੂੰ ਯੂਕੇ ਦੇ ਵਿੱਚ ਤਾਂ ਤੁਸੀਂ ਸਾਡੇ ਲਈ ਉਹ ਹੀ ਅੱਜ ਵੀ ਕਿ ਸਾਡੇ ਉਹ ਹੀ ਟੀਚਰ ਹੋ ਤੁਸੀਂ ਤੇ ਇਸ ਦੇ ਵਿੱਚ ਮੈਨੂੰ ਬੜੀ ਖੁਸ਼ੀ ਆ ਕਿ ਮੈਂ ਇਸ ਕਾਬਿਲ ਹਾਂ ਕਿ ਮੈਂ ਆਪਣੇ ਸਮਾਜ ਦੀ ਸੇਵਾ ਕੀਤੀ ਜਦੋਂ ਫਿਰ ਵਿਆਹ ਤੋਂ ਬਾਅਦ ਮੈਂ ਯੂਕੇ ਦੇ ਵਿੱਚ ਆਈ ਤੇ ਮੈਂ ਕਮੇਟੀ ਦੇ ਨਾਲ ਆਪਣੇ ਆਪ ਨੂੰ ਕਮੇਟੀ ਮੈਂਬਰ ਬਣਾਇਆ ਤੇ ਹੁਣ ਵੀ ਮੇਰੇ ਇਹੀ ਕੋਸ਼ਿਸ਼ ਹੈ ਕਿ ਜਿੰਨਾ ਮੇਰਾ ਜ਼ਿੰਦਗੀ ਦੇ ਵਿੱਚ ਬਧਿਆ ਟਾਈਮ ਹੈ ਆਪਣੇ ਪਰਿਵਾਰ ਤੋਂ ਬਾਅਦ ਬਾਦੂ ਜਿੰਨਾ ਵੀ ਮੈਂ ਕੁਝ ਆਪਣੀ ਕਮੇਟੀ ਦੇ ਲਈ ਆਪਣੇ ਬੁੱਧੀਸ ਰਿਸੋਰਸ ਸੈਂਟਰ ਦੇ ਲਈ ਆਪਣੀ ਨੌਲੇਜ ਦੇ ਨਾਲ ਆਪਣੇ ਟਾਈਮ ਦੇ ਨਾਲ ਮਦਦ ਕਰਾਂਗੀ ਤੇ ਮੈਂ ਇਸ ਦੇ ਨਾਲ ਹਮੇਸ਼ਾ ਜੁੜੀ ਰਵਾਂਗੀ ਇਹ ਤਾਂ ਤੁਸੀਂ ਜਿਹੜੇ ਬੱਚੇ ਆ ਉਹਨਾਂ ਬਾਰੇ ਦੱਸਿਆ ਕਿ ਬੱਚਿਆਂ ਲਈ ਤੁਸੀਂ ਕੀ ਕੀਤਾ ਲੇਕਿਨ ਮੇਰੀ ਨੌਲੇਜ ਦੇ ਹਿਸਾਬ ਦੇ ਨਾਲ ਤੁਸੀਂ ਜੋ ਅਡਲਟ ਆ ਸਾਡੇ ਉਹਨਾਂ ਲਈ ਵੀ ਕੁਝ ਕੀਤਾ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਕੁਝ ਦੱਸੋਗੇ ਕਿ ਕਿਉਂਕਿ ਸਾਡੇ ਸਮਾਜ ਦੇ ਵਿੱਚ ਜੋ ਅਡਲਟ ਆ ਉਹ ਬਹੁਤ ਜ਼ਿਆਦਾ ਅਨਐਜੂਕੇਟਡ ਆ ਉਹਨਾਂ ਦੇ ਪਾਸ ਗਿਆਨ ਨਹੀਂ ਹੈ ਤੁਸੀਂ ਉਹਨਾਂ ਲਈ ਵੀ ਕੁਝ ਕੀਤਾ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋਗੇ ਇਹ ਤਾਂ ਤੁਸੀਂ ਬਹੁਤ ਹੀ ਮਹੱਤਵਪੂਰਨ ਕੁਐਸਚਨ ਪੁੱਛਿਆ ਹੈਗਾ ਔਰ ਇਹ ਕੁਐਸਚਨ ਜਿਹੜਾ ਆ ਇਹ ਉਸ ਜੋ ਕੁਝ ਮੈਂ ਕੀਤਾ ਉਹਦੀ ਨਹੀਂ ਇਹ ਹੈ ਮੈਂ ਜਦੋਂ ਕਾਲਜ ਸਟੂਡੈਂਟ ਸੀ ਤਾਂ ਸਾਡੇ ਹੁਸ਼ਿਆਰਪੁਰ ਦੇ ਵਿੱਚ ਅਡਲਟ ਐਜੂਕੇਸ਼ਨ ਵੀ ਸਟਾਰਟ ਹੋਈ ਸੀ ਪਰ ਮੈਂ ਐਨਐਸਐਸ ਦੀ ਸਟੂਡੈਂਟ ਹੋਣ ਦੇ ਕਰਕੇ ਐਜ਼ ਅ ਵੋਲੰਟੀਅਰ ਪਿੰਡਾਂ ਦੇ ਵਿੱਚ ਅਸੀਂ ਕੈਂਪ ਲਗਾਉਂਦੇ ਸੀਗੇ ਤੇ ਪਹਿਲੀ ਵਾਰ ਮੈਂ ਆਪਣੇ ਕਾਲਜ ਤੋਂ ਪਿਪਲਾਵਾਲਾ ਪਿੰਡ ਦੇ ਵਿੱਚ ਜਿਹੜਾ ਕਿ ਨੀਅਰ ਹੁਸ਼ਿਆਰਪੁਰ ਦੇ ਨੇੜੇ ਹੈ ਉੱਥੇ ਗਈ ਤਾਂ ਮੈਂ ਬਹੁਤ ਸਾਰੇ ਲੇਡੀਜ਼ ਦੇ ਘਰ ਅਸੀਂ ਵਿਜ਼ਿਟ ਕੀਤੇ ਕਲੀਨਿੰਗ ਲਈ ਹੈਲਪ ਕੀਤਾ ਤੇ ਉਹਨਾਂ ਨੂੰ ਜਦੋਂ ਦੇਖਿਆ ਕਿ ਉਹ ਆਪਣੇ ਸਿਗਨੇਚਰ ਵੀ ਨਹੀਂ ਕਰ ਸਕਦੇ ਜੀ ਉਹਨਾਂ ਤੋਂ ਅਸੀਂ ਕਿਸੇ ਵੀ ਪੇਪਰ ਤੇ ਸਿਗਨੇਚਰ ਕਰਾ ਲਈਏ ਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਾਨੂੰ ਇਹਦਾ ਕੋਈ ਫਾਇਦਾ ਹੀ ਆ ਉਹ ਸਾਈਨ ਕਹਿੰਦੇ ਸਾਨੂੰ ਅੰਗੂਠਾ ਲਵਾ ਲਓ ਜਿੱਥੇ ਮਰਜੀ ਜੀ ਤੇ ਉਹ ਦਿਲ ਦੇਖ ਕੇ ਮੇਰਾ ਦਿਲ ਬੜਾ ਭਰਿਆ ਕਿ ਅਸੀਂ ਪੜ੍ਹ ਲਿਖ ਗਏ ਆ ਪਰ ਇਹ ਜਿਹੜੇ ਸਾਡੇ ਬਜ਼ੁਰਗ ਨੇ ਸਾਡੇ ਪੇਰੈਂਟਸ ਦੀ ਉਮਰ ਦੇ ਨੇ ਇਹਨਾਂ ਨੇ ਸਾਨੂੰ ਬਹੁਤ ਦੂਰ ਤੱਕ ਲੈ ਜਾਣਾ ਇਹਨਾਂ ਦੇ ਵਿੱਚ ਸਾਨੂੰ ਜਿਹੜੀ ਉਹਨਾਂ ਦੇ ਕੋਲ ਨੌਲੇਜ ਬਹੁਤ ਹੈ ਪਰ ਉਹਨਾਂ ਦੇ ਕੋਲ ਅਗਿਆਨ ਹੈਗਾ ਪੜ੍ਹਾਈ ਲਿਖਾਈ ਦੀ ਕਮੀ ਹੈ ਅੱਖਰਾਂ ਲਿਖਣ ਦੀ ਕਮੀ ਹੈ ਮੈਂ ਫਿਰ ਉੱਥੋਂ ਪ੍ਰਣ ਕੀਤਾ ਕਿ ਮੈਂ ਜਿਹੜੀ ਅਡਲਟ ਐਜੂਕੇਸ਼ਨ ਆ ਉਹਦੇ ਮੈਂ ਮੈਂਬਰ ਬਣੂੰਗੀ ਫਿਰ ਮੈਂ ਉਹਦੀ ਵਲੰਟੀਅਰ ਬਣੀ ਫੇ ਮੈਂ ਗੁਰਦੁਆਰਿਆਂ ਦੇ ਵਿੱਚ ਜਿੱਥੇ ਵੀ ਜਗ੍ਹਾ ਮਿਲਦੀ ਸੀ ਲਾਇਬ੍ਰੇਰੀ ਦੇ ਵਿੱਚ ਮੈਂ ਲੇਡੀਜ਼ ਤੇ ਗਰੁੱਪ ਬਣਾਉਂਦੀ ਸੀ ਜਿਹਦੇ ਵਿੱਚ 40 ਸਾਲ ਤੋਂ ਲੋਕ ਕੇ 60 ਸਾਲ ਦੀਆਂ ਔਰਤਾਂ 30 ਸਾਲ ਦੀਆਂ ਔਰਤਾਂ ਜਿੱਥੇ ਵੀ ਉਹਨਾਂ ਦਾ ਜੇ 30 ਸਾਲ ਦੀ 40 ਸਾਲ ਦੀ ਉਹਨਾਂ ਨੂੰ ਸਿਲਾਈ ਵੀ ਨਾਲ ਸਿਖਾਣੀ ਉਹਨਾਂ ਨੂੰ ਲਾਲਚ ਦੇਣਾ ਕਿ ਤੁਹਾਨੂੰ ਸਿਲਾਈ ਵੀ ਸਿਖਾਈ ਜਾਊਗੀ ਫ੍ਰੀ ਤੇ ਨਾਲ-ਨਾਲ ਉਹਨਾਂ ਨੂੰ ਫੇ ਮੈਂ ਬਲੈਕਬੋਰਡ ਰੱਖ ਕੇ ਅਲਫਾਬੇਟ ਲਿਖਾ ਕੇ ਉਹਨਾਂ ਦੇ ਨਾਂ ਉਹਨਾਂ ਤੋਂ ਲਿਖਾਉਣੇ ਤੇ ਉਹਨਾਂ ਨੂੰ ਅਡਲਟ ਐਜੂਕੇਸ਼ਨ ਜਦੋਂ ਦਿੱਤੀ ਤਾਂ ਬਹੁਤ ਹੀ ਅੱਛਾ ਉਹਨਾਂ ਨੂੰ ਇੰਨਾ ਲੱਗਦਾ ਸੀ ਕਿ ਅਸੀਂ ਲਿਖ ਸਕਦੇ ਹਾਂ ਉਹ ਇੰਨੇ ਹੈਰਾਨ ਹੁੰਦੇ ਸੀਗੇ ਕਿ ਅਸੀਂ ਇਹ ਕਦੋਂ ਸਿੱਖ ਲਿਆ ਜੀ ਅਸੀਂ ਹਾਸਿਆਂ ਖੇਡਿਆਂ ਦੇ ਵਿੱਚ ਗੱਲਾਂ-ਗੱਲਾਂ ਦੇ ਵਿੱਚ ਮੈਂ ਉਹਨਾਂ ਨੂੰ ਕਿਸੇ ਨੂੰ ਕਹਣਾ ਬੀਬੀ ਜੀ ਕਿਸੇ ਨੂੰ ਕਹਣਾ ਮਾਤਾ ਜੀ ਤੂੰ ਆ ਜਾ ਤਿੱਤੋਂ ਮੈਂ ਸਿੱਖਣਾ ਮੈਨੂੰ ਰੋਟੀ ਨਹੀਂ ਬਣਾਣੀ ਆਂਦੀ ਮੈਨੂੰ ਆਹ ਨਿਕਾਣਾ ਆਉਂਦਾ ਤੇ ਉਹਨਾਂ ਨੂੰ ਮੈਂ ਇਸ ਤਰ੍ਹਾਂ ਆਪਣੇ ਨਾਲ ਅਟੈਚ ਕਰ ਲਿਆ ਸੀ ਉਹਨਾਂ ਨੂੰ ਇਹ ਨਹੀਂ ਸੀ ਲੱਗਦਾ ਕਿ ਅਸੀਂ ਪੜਨ ਜਾਣਾ ਉਹਨਾਂ ਨੂੰ ਇਹ ਲੱਗਦਾ ਸੀ ਅਸੀਂ ਰੇਖਾ ਦੇ ਨਾਲ ਗੱਲਾਂ ਛੱਲਾ ਮਾਰਨ ਜਾਣਾ ਤੇ ਮੈਂ ਉਹਨਾਂ ਨੂੰ ਆਪਣੇ ਗੱਲਾਂ ਦੇ ਨਾਲ ਪਿਆਰ ਉਹ ਇੰਨਾ ਮੈਨੂੰ ਉਹਨਾਂ ਦਾ ਪਿਆਰ ਮਿਲਿਆ ਤੇ ਉਹ ਮੇਰੇ ਸਭ ਤੋਂ ਜ਼ਿਆਦਾ ਮੇਰੀ ਮਿਹਨਤ ਦਾ ਮੁੱਲ ਮੁੜਿਆ ਜਦੋਂ ਉਹਨਾਂ ਨੇ ਆਪਣੇ ਸਿਗਨੇਚਰ ਕਰਨੇ ਸ਼ੁਰੂ ਕਰ ਲਏ ਆਪਣੇ ਆਪ ਨੂੰ ਸੁਸਾਇਟੀ ਦੇ ਵਿੱਚ ਖੜੇ ਹੋਣਾ ਸਿੱਖ ਲਿਆ ਗੁੱਠਾ ਨਾਲ ਲਾ ਕੇ ਉਹ ਆਪਣੇ ਸਿਗਨੇਚਰ ਕਰਨ ਲੱਗ ਗਏ ਤੇ ਇਹ ਸਮਝਣ ਲੱਗ ਗਏ ਕਿ ਅਸੀਂ ਕਾਦੇ ਵਾਸਤੇ ਸਿਗਨੇਚਰ ਕਰਨ ਲੱਗੇ ਆ ਤੇ ਕਾਦੇ ਇਹ ਪੇਪਰ ਹੈਗੇ ਆ ਤੇ ਉਹ ਮੇਰੀ ਬਹੁਤ ਵੱਡੀ ਆਪਣੇ ਆਪ 'ਚ ਮੈਨੂੰ ਬਹੁਤ ਵੱਡੀ ਖੁਸ਼ੀ ਹੋਈ ਜਦੋਂ ਕਿ ਇਹ ਸਾਰੇ ਕੰਮ ਥੋੜੇ ਮੇਰੀ ਨਜ਼ਰ ਦੇ ਸਾਹਮਣੇ ਬਹੁਤ ਸਾਲ ਹੋਏ ਤੇ ਇਸ ਦੇ ਵਿੱਚ ਹੁਸ਼ਿਆਰਪੁਰ ਦੇ ਡੀਸੀ ਰਾਹੁਲ ਉਹਨਾਂ ਦੇ ਕੋਲੋਂ ਵੀ ਮੈਨੂੰ ਜਿਹੜਾ ਹੈ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ਜੀ ਅ ਇੱਕ ਗੱਲ ਮੈਨੂੰ ਬਹੁਤ ਪ੍ਰਭਾਵਿਤ ਕੀਤੀ ਤੁਹਾਡੀ ਜਦੋਂ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਜਿਹੜੇ ਪਲਵਿੰਦਰ ਭਾਈ ਸਾਹਿਬ ਨੇ ਜਿਹੜੇ ਕਿ ਅੱਜ ਕੱਲ ਐਡਵੋਕੇਟ ਨੇ ਤੁਸੀਂ ਕੋਈ ਪ੍ਰਣ ਲਿਆ ਸੀਗਾ ਕਿ ਜਿੰਨੀ ਦੇਰ ਤੱਕ ਐਡਵੋਕੇਟ ਨਹੀਂ ਬਣਦੇ ਮੈਂ ਉਤਨੀ ਦੇਰ ਤੱਕ ਸ਼ਾਦੀ ਨਹੀਂ ਕਰਾਂਗੀ ਕਿ ਇਹ ਇਹ ਸੱਚੀ ਗੱਲ ਹੈ ਇਹਦੇ ਬਾਰੇ ਵੀ ਮੜ ਜਾ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ। ਬਿਲਕੁਲ ਇਹ ਸੱਚ ਹੈ ਕਰਕੇ ਸਾਡਾ ਦੋਨਾਂ ਦੇ ਭੈਣ ਭਰਾ ਦੇ ਵਿੱਚ 2 ਸਾਲ ਦੀ ਉਮਰ ਦਾ ਫਰਕ ਸੀ ਤੇ ਅਸੀਂ ਇੱਕ ਦੂਜੇ ਦੀ ਸੱਜੀ ਤੇ ਖੱਬੀ ਬਾਹਾਂ ਸੀਗੇ। ਜੀ। ਤਾਂ ਮੇਰੇ ਬ੍ਰਦਰ ਜਿਹੜੇ ਭਾਈ ਸਾਹਿਬ ਨੇ ਉਹਨਾਂ ਦੀ ਇੱਕ ਬਾਹ ਐਕਸੀਡੈਂਟਲੀ ਬਚਪਨ ਦੇ ਵਿੱਚ ਕੱਟ ਗਈ ਸੀ। ਜੀ। ਤੇ ਮੈਂ ਉਹਨਾਂ ਦੀ ਉਹ ਸੱਜੀ ਬਾਹ ਬਣ ਕੇ ਉਹਨਾਂ ਦੇ ਨਾਲ ਖੜੀ ਸੀ ਤੇ ਮੈਂ ਆਪਣਾ ਪ੍ਰਣ ਲਿਆ ਹੋਇਆ ਸੀਗਾ। ਕਿ ਮੈਂ ਉਦੋਂ ਤੱਕ ਵਿਆਹ ਨਹੀਂ ਕਰੂੰਗੀ ਜਦੋਂ ਤੱਕ ਕਰਕੇ ਉਹਨਾਂ ਦਾ ਸੁਪਨਾ ਸੀ ਜੀ ਉਹ ਡਾਕਟਰ ਵੀਰਮ ਮੇਡਕਰ ਦੀ ਉਹ ਤਸਵੀਰ ਹਮੇਸ਼ਾ ਉਹਨਾਂ ਦੇ ਪਹਿਲੇ ਡੈਸਕ ਤੇ ਉਹ ਸੀ ਕਿ ਉਹ ਲੋਅਰ ਬਣੇ ਸੀਗੇ ਤੇ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਸੀ ਆਪਣੇ ਗ੍ਰੈਜੂਏਸ਼ਨ ਕਰਦੇ ਕਰਦੇ ਕਿ ਮੈਂ ਆਪਣੀ ਕੌਮ ਦਾ ਵਕੀਲ ਬਣਨਾ ਜੀ ਤੇ ਮੈਂ ਉਹਨਾਂ ਦੇ ਉਹਨਾਂ ਲਫ਼ਜ਼ਾਂ ਤੋਂ ਇਹ ਆਪਣੇ ਅੰਦਰ ਪ੍ਰਣ ਕਰ ਲਿਆ ਸੀਗਾ ਤੇ ਆਪਣੇ ਮੰਮ ਨੂੰ ਕਹਿ ਦਿੱਤਾ ਸੀ ਕਿ ਮੰਮੀ ਮੈਂ ਉਦੋਂ ਤੱਕ ਨਹੀਂ ਵਿਆਹ ਕਰਾਂਗੀ ਜਦੋਂ ਤੱਕ ਮੇਰਾ ਭਰਾ ਉਹ ਵਕੀਲ ਦੀ ਕੋਟ ਪਾ ਕੇ ਡਿਗਰੀ ਲੈ ਕੇ ਵਕੀਰ ਨਹੀਂ ਬਣ ਜਾਂਦਾ ਤੇ ਜਦੋਂ ਮੇਰਾ ਵਿਆਹ ਹੋਇਆ ਤੇ ਸਾਰੇ ਉਹਨਾਂ ਦੇ ਵਕੀਲ ਤੇ ਉਹ ਮੇਰਾ ਭਰਾ ਵਕੀਲ ਦੇ ਤੌਰ ਤੇ ਮੇਰੇ ਵਿਆਹ ਦੇ ਵਿੱਚ ਵੀ ਸੀਗਾ ਥੈਂਕ ਯੂ ਵੈਰੀ ਮਚ ਤੁਹਾਡੀਆਂ ਭਾਵਨਾਵਾਂ ਦੇਖ ਕੇ ਇੱਕ ਇਨਸਪਾਇਰੇਸ਼ਨ ਮਿਲਦੀ ਆ ਦੂਸਰਿਆਂ ਨੂੰ ਕਿ ਜੇਕਰ ਅਸੀਂ ਕੋਈ ਸੰਕਲਪ ਲੈ ਲਈਏ ਕਿ ਅਸੀਂ ਆਹ ਕੰਮ ਕਰਨਾ ਆ ਤਾਂ ਉਹ ਕੰਮ ਜ਼ਰੂਰ ਪੂਰਾ ਹੋ ਜਾਂਦਾ ਆ ਇਹ ਪਿਆਰੇ ਦਰਸ਼ਕੋ ਇਹ ਤੁਹਾਡੇ ਫਿਊਚਰ ਦੇ ਇਹ ਪ੍ਰੈਜੈਂਟਰ ਨੇ ਫਿਊਚਰ ਦੇ ਵਿੱਚ ਇਹ ਲੇਡੀਜ਼ ਪ੍ਰੋਗਰਾਮ ਦਿਆ ਕਰਨਗੇ ਸੋ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਲੇਡੀਜ਼ ਦੇ ਪ੍ਰੋਗਰਾਮ ਹੋਣਗੇ ਉਹ ਉਹ ਕਿਸ ਤਰ੍ਹਾਂ ਦੇ ਹੋਇਆ ਕਰਨਗੇ ਜਦੋਂ ਉਹਨਾਂ ਨੂੰ ਕਰਨ ਵਾਲੇ ਇਹੋ ਜਿਹੇ ਇਨਸਾਨ ਹੋਣਗੇ ਤਾਂ ਜ਼ਰੂਰ ਉਥੋਂ ਤੁਹਾਨੂੰ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਆਓ ਹੁਣ ਕਮੇਟੀ ਦੇ ਪ੍ਰਧਾਨ ਤਰਸੀਮ ਕਾਲ ਜੀ ਤੁਹਾਡੇ ਕੋਲੋਂ ਮੈਂ ਇਹ ਪੁੱਛਦਾ ਕਿ ਕਮੇਟੀ ਬਾਬਾ ਸਾਹਿਬ ਜੀ ਦਾ 125ਵਾਂ ਜਨਮ ਉਤਸਵ ਮਨਾ ਰਹੀ ਹੈ ਉਸ ਦੇ ਬਾਰੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਕਿ ਉਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਹੋ ਰਿਹਾ ਔਰ ਕਿੱਥੇ ਹੋ ਰਿਹਾ ਹੈ ਥੈਂਕ ਯੂ ਜਲਿਸਾ ਆ ਅਸ سال ਆਪਾਂ ਸਪੈਸ਼ਲ ਪ੍ਰੋਗਰਾਮ 125 ਸਾਲਾ ਬਾਰਸਾ ਦਾ ਬੜੀ ਤੁਮਤਾਮਨਾ ਬੋਰਹਮਟਨ ਦੇ ਵਿੱਚ ਮਨਾ ਰਹੇ ਆ ਜੋ ਬੋਰਹਮਟਨ ਵਿੱਚ ਡਲਨੀ ਰੋਡ ਦੇ ਉੱਤੇ ਸ੍ਰੀ ਗੁਰੂ ਦਾਸ ਕਮਿਊਨਿਟੀ ਸੈਂਟਰ ਹੈ ਉਹਦੇ ਵਿੱਚ ਆਪਾਂ 1 ਤੋਂ 6 ਵਜੇ ਤੱਕ ਇਹ ਬੜੀ ਤੁਮਤਾਮਨਾ ਦਿਨ ਮਨਾ ਰਹੇ ਆ ਇਸ ਦੇ ਵਿੱਚ ਆਪਾਂ ਇੰਡੀਆ ਤੋਂ ਪ੍ਰੋਫੈਸਰ ਬਬੇ ਕੁਮਾਰ ਜੀ ਉਹਨਾਂ ਦਾ ਗੱਲਬਾਤ ਕੀਤੀ ਹੋਈ ਹੈ ਉਹਨਾਂ ਨੇ ਸਾਡੇ ਨਾਲ ਆਉਣ ਦਾ ਪ੍ਰੋਮਿਸ ਕੀਤਾ ਲੇਕਿਨ ਕਿਉਂਕਿ ਵੀਜ਼ਾ ਦਾ ਆਉਣ ਦਾ ਚੱਕਰ ਹੁੰਦਾ ਵੀਜ਼ਾ ਜੇ ਲੱਗ ਗਿਆ ਤਾਂ ਫਿਰ ਜਰੂਰ ਆਉਣਗੇ ਜੇ ਨਹੀਂ ਲੱਗ ਵੀਜ਼ਾ ਲੱਗਾ ਤਾਂ ਹੋ ਸਕਦਾ ਆਵੇ ਕੁਝ ਨਾ ਕੁਝ ਪ੍ਰੋਬਲਮ ਵੀ ਆ ਸਾਧਿਆ ਲੇਕਿਨ ਸਾਡੇ ਨਾਲ ਉਹਨਾਂ ਨੇ ਪ੍ਰੋਮਿਸ ਜਰੂਰ ਕੀਤਾ ਹੋਇਆ ਹੈ ਕੋਸ਼ਿਸ਼ ਪੂਰੀ ਹੈ ਔਰ ਨਾਲ ਨਾਲ ਆਪਾਂ ਇੰਡੀਆ ਤੋਂ ਲੈਂਬਰ ਹਸਨਪੂਰੀ ਜੀ ਜੋ ਬਹੁਤ ਮਸ਼ਹੂਰ ਸਿੰਗਰ ਹਨ ਉਹ ਵੀ ਆ ਰਿਹਾ ਹੈ ਤੋ ਉਹ ਵੀ ਆਪਾਂ ਨੂੰ ਮਨੋਰੰਜਨ ਕਰਨਗੇ ਬਾਬਾ ਸਾਹਿਬ ਦੇ ਗੀਤ ਸਾਡੇ ਪੇਸ਼ ਕਰਨਗੇ ਔਰ ਇਸ ਤੋਂ ਇਲਾਵਾ ਜੋ ਲੋਕਲ ਸਾਡੇ ਕੌਂਸਲਰਸ ਹਨ ਐਮਪੀ ਹਨ ਉਹ ਵੀ ਆ ਰਹੇ ਆ ਤੇ ਲੋਕਲ ਜੋ ਬਾਕੀ ਬਹੁਤ ਸਾਰੇ ਸਮਾਜ ਦੀਆਂ ਸੰਸਥਾਵਾਂ ਹਨ ਉਹ ਵੀ ਵੱਚੜ ਕੇ ਸਾਨੂੰ ਸਾਥ ਦੇ ਰਹੀਆਂ ਹਨ ਤੋ ਮੈਂ ਸਾਰੇ ਹੀ ਇੰਗਲੈਂਡ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ 17 April ਨੂੰ ਵੱਚੜ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਪਾਓ ਔਰ ਇਸ ਨੂੰ ਕਾਮਯਾਬ ਕਰੋ ਦੇ ਇਸ ਨੂੰ ਆਪਣਾ ਲਾਭ ਉਠਾਓ ਨਾਲ ਨਾਲ ਲੰਗਰ ਦਾ ਵੀ ਉੱਤੇ ਪੂਰਾ ਬੰਦੋਬਸਤ ਕੀਤਾ ਗਿਆ ਹੈ ਨਾਈਟਨ ਆਪਣੇ ਨਾਈਟਨ ਵੱਲੋਂ ਜੇ ਆਪਣੇ ਜਸਤਪਾਲ ਸਾਹਿਬ اور 베디 ਸਾਹਿਬ ਉਹਨਾਂ ਦੇ ਮਾਲਕ ਖਾਨ ਉਹਨਾਂ ਵੱਲੋਂ ਹਰ ਇੱਕ ਸਾਲ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਡਾਕਟਰ ਮਿਟਕਾ ਮੋਲ ਕਮੇਟੀ ਉਹਨਾਂ ਦਾ ਬਾਰ ਬਾਰ ਧੰਨਵਾਦ ਕਰਦੀ ਹੈ ਕਿਉਂਕਿ ਪਿਛਲੇ ਸਾਲ ਵੀ 124 ਮਾ ਜਿਹੜਾ ਬਾਵਸਰਾ ਜਾਮ ਜਨ ਸੀ ਬਰਮਟਨ ਸ ਬਲਫਰਨਾ ਹਾਲ ਸੇ ਕਾਲ ਦੇ ਵਿੱਚ ਤਾਂ ਬਹੁਤ ਸਾਰੇ ਆਪਣੇ ਲੋਕ ਆਏ ਸੀ ਔਰ ਕਾਫੀ ਸੰਗਤ ਇਕੱਠੀ ਹੋਈ ਸੀ ਤਾਂ ਔਰ ਉਸ ਵਿੱਚ ਵੀ ਉਹਨਾਂ ਨੇ ਹੀ ਸੇਵਾ ਕੀਤੀ ਸੀ ਪਿਛਲੇ ਕਾਫੀ ਦਿਨ ਤੋਂ ਹਰ ਇੱਕ ਸਾਲ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਉਹ ਸੇਵਾ ਕਰਦੇ ਆ ਤੇ ਇਸ ਸਾਲ ਵੀ ਉਹ ਲੰਗਰ ਦੀ ਸੇਵਾ ਕਰ ਰਹੇ ਹਨ ਤਾਂ ਮੈਂ ਸਾਰੇ ਭੈਣਾ ਭਰਾਵਾਂ ਅੱਗੇ ਬੇਨਤੀ ਕਰਦਾ ਹਾਂ ਕਿ ਇਸ ਪ੍ਰੋਗਰਾਮ ਦੇ ਵੱਧ ਚੜ ਕੇ ਹਿੱਸਾ ਪਾਓ ਔਰ ਪ੍ਰੋਗਰਾਮ ਨੂੰ ਕਾਮਯਾਬ ਇੱਕ ਵਾਰੀ ਸਮਾਂ ਤੇ ਸਥਾਨ ਤੁਸੀਂ ਸਾਡੇ ਦਰਸ਼ਕਾਂ ਨੂੰ ਫੇਰ ਦੱਸੋਗੇ ਕਿ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਔਰ ਕਿਹੜੀ ਜਗ੍ਹਾ ਇਹ ਪ੍ਰੋਗਰਾਮ ਹੋ ਰਿਹਾ ਹੈ ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਡੈਡਲੀ ਰੋਡ ਬਲੈਕਨ ਹਾਲ ਬੋਰਹਮਟਨ ਜੋ ਸ਼੍ਰੀ ਗੁਰੂਦਾਸ ਕਮਿਊਨਿਟੀ ਸੈਂਟਰ ਹੈ ਉਹਰੇ ਵਿੱਚ ਕੀਤਾ ਜਾ ਰਿਹਾ ਹੈ ਔਰ ਸਮਾਂ 1 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਹੈ ਥੈਂਕ ਯੂ ਵੈਰੀ ਮਚ ਤੁਸੀਂ ਇਹ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਪਿਆਰੇ ਦਰਸ਼ਕ ਦਰਸ਼ਕੋ ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਪ ਜੀ ਨੂੰ ਦੱਸਿਆ ਗਿਆ ਸੀਗਾ ਕਿ ਇਸ ਵਾਰ ਯੂਨਾਈਟਿਡ ਨੇਸ਼ਨ ਦੇ ਵਿੱਚ ਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ 125ਵੀਂ ਵਰਸੀ ਨਿਊਯਾਰਕ ਦੇ ਵਿੱਚ ਮਨਾਈ ਜਾ ਰਹੀ ਹੈ ਮੈਨੂੰ ਕੱਲ ਹੀ ਫਿਰ ਮੁੜ ਕੇ ਦੁਬਾਰਾ ਇਨਫੋਰਮੇਸ਼ਨ ਅਮਰੀਕਾ ਤੋਂ ਆਈ ਹੈ ਕਿ ਉੱਥੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਸਟੈਚੂ ਵੀ ਲੱਗ ਰਿਹਾ ਹੈਗਾ ਅ ਵੈਸੇ ਤਾਂ ਉਹਨਾਂ ਨੇ ਮੈਨੂੰ ਵੀ ਇਨਵੀਟੇਸ਼ਨ ਲਈ ਆਫਰ ਕੀਤੀ ਆ ਲੇਕਿਨ ਅਨਫੋਰਚੂਨੇਟਲੀ ਜਿਹੜੇ ਸਾਡੇ ਇੱਥੇ ਪ੍ਰੋਗਰਾਮ ਇਤਨੇ ਬੀਜ਼ੀ ਹਨ ਇਸ ਕਰਕੇ ਸਮਾਂ ਕੱਢਣਾ ਬਹੁਤ ਮੁਸ਼ਕਲ ਹੈ। ਇੱਕ ਗੱਲ ਜੋੜਨਾ ਚਾਹੁੰਦਾ ਕਿ ਦਿੱਲੀ ਦੇ ਵਿੱਚ ਵੀ ਬਾਸਾ ਦਾ ਜਾਮਦਾਨ ਬੜੇ ਧੂਮਤਾ ਨਾਲ ਮਨਾਇਆ ਗਿਆ ਔਰ ਅਬ ਗਾਂਹਾਂ ਵੀ ਇੱਕ ਹੋਰ ਸਪੈਸ਼ਲ ਉੱਤੇ ਜੋ ਆਪਣਾ ਅਮੇਡਕਰ ਪਵਨ ਹੈ ਜੀ ਉਥੋਂ ਮਾਰਾਥਨ ਡਾਕਟਰ ਮੇਡਕਰ ਮਾਰਾਥਨ ਸ਼ੁਰੂ ਹੋਣੀ ਆ 3 ਅਪ੍ਰੈਲ ਨੂੰ ਜੀ 3 ਅਪ੍ਰੈਲ ਨੂੰ ਉਹ ਜੰਤਰ ਮੰਤਰ ਤੱਕ ਜਾਣੀ ਆ ਔਰ ਉਹ ਇੱਕ ਪੜੇ ਜਰਮਨ ਤੋਂ ਸੋਨ ਲਾਲ ਸਾਪਲਾ ਜੀ ਇਹ ਉਹਨਾਂ ਨੇ ਨਿਊਜ਼ ਦਿੱਤੀ ਆ ਔਰ ਖਾਸ ਤੌਰ ਤੇ ਉਹ ਔਰ ਉਹਨਾਂ ਦੀ ਧਰਮ ਪਤਨੀ ਉਸ ਮਾਰਾਥਨ ਵਿੱਚ ਹਿੱਸਾ ਲੈਣ ਲਈ ਖਾਸ ਤੌਰ ਤੇ ਗਏ ਆ ਤੇ ਉਹ ਵੀ ਇੱਕ ਬਹੁਤ ਸੋਹਣਾ ਪ੍ਰੋਗਰਾਮ ਹੋ ਰਿਹਾ ਜੀ ਦਾਨ ਜੀ ਥੈਂਕ ਯੂ ਤੁਹਾਡਾ ਇਹ ਇਨਫੋਰਮੇਸ਼ਨ ਦੇਣ ਦਾ ਰੇਖਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਬੜਾ ਪ੍ਰਭਾਵਿਤ ਹੋਇਆ ਹਾਂ ਕਿਉਂਕਿ ਮੈਂ ਆਮ ਬਿਟ ਐਕਸਾਈਟਡ ਕਿ ਤੁਸੀਂ ਸਾਡੇ ਇਸ ਚੈਨਲ ਦੇ ਪ੍ਰੈਜ਼ੈਂਟਰ ਵੀ ਬਣਨਾ ਹੈ ਔਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਪਹਿਲਾਂ ਆਪ ਰੇਡੀਓ ਸਟੇਸ਼ਨ ਤੇ ਵੀ ਪ੍ਰੈਜ਼ੈਂਟਰ ਬਣੇ ਰਹੇ ਹੋ ਤੁਹਾਡੇ ਕੋਲ ਤਜਰਬਾ ਹੈ ਔਰ ਤੁਹਾਡੀ ਲਿਆਕਤ ਇਤਨੀ ਹੈ ਕਿ ਤੁਸੀਂ ਪ੍ਰੋਗਰਾਮ ਬਹੁਤ ਅੱਛੇ ਪੇਸ਼ ਕਰੋਗੇ ਇਹਦੇ ਵਿੱਚ ਮੇਰੇ ਲਈ ਕੋਈ ਨਿਰਸੰਦੇਸ਼ ਨਹੀਂ ਹੈ ਜਿਹੜੇ ਪ੍ਰੋਗਰਾਮ ਤੁਸੀਂ ਸਾਡੇ ਲੋਟਸ ਟੀਵੀ ਤੇ ਦਿਆ ਕਰਨੇ ਹਨ ਲੇਡੀਜ਼ ਦੇ ਉਹਦੇ ਬਾਰੇ ਥੋੜਾ ਜਿਹਾ ਦੱਸੋਗੇ ਕਿ ਕਿਸ ਤਰ੍ਹਾਂ ਦੇ ਉਹ ਪ੍ਰੋਗਰਾਮ ਹੋਇਆ ਕਰਨਗੇ ਜਿਹੜੇ ਪ੍ਰੋਗਰਾਮ ਤੁਸੀਂ ਸਾਡੇ ਲੋਟਸ ਟੀਵੀ ਦੇ ਦਰਸ਼ਕਾਂ ਲਈ ਪੇਸ਼ ਕਰਿਆ ਕਰੋਗੇ ਤੇ ਇਹ ਵੀ ਸਵਾਲ ਤੁਹਾਡਾ ਬਹੁਤ ਹੀ ਇੰਪੋਰਟੈਂਟ ਹੈ ਔਰ ਇਹ ਸਾਡਾ ਜੋ ਵੀ ਬੁੱਧਿਜ਼ਮ ਮੀਡੀਆ ਹੈ ਸਾਡਾ ਪੈਨਲ ਹੈ ਅਸੀਂ ਉਹਨਾਂ ਦੇ ਨਾਲ ਸ਼ਡਿਊਲ ਦੇ ਵਿੱਚ ਸਾਰੇ ਸੈਟਲਮੈਂਟ ਵੀ ਕਰ ਰਹੇ ਹਾਂ ਪਰ ਸਾਡਾ ਲੇਡੀਜ਼ ਦਾ ਜਿਹੜਾ ਪ੍ਰੋਗਰਾਮ ਹੋਏਗਾ ਬਹੁਤ ਹੀ ਵਧੀਆ ਪ੍ਰੋਗਰਾਮ ਹੋਣਗੇ ਸਾਡੇ ਦੇ ਬੁੱਧਿਜ਼ਮ ਕਮੇਟੀ ਦੇ ਵਿੱਚ ਬੁੱਧਿਸਟ ਕਮੇਟੀ ਦੇ ਵਿੱਚ ਬਹੁਤ ਸਾਰੇ ਜੰਗਸਟਰ ਲੇਡੀਜ਼ ਹਨ ਤੇ ਬਹੁਤ ਸਾਰੀਆਂ ਲੜਕੀਆਂ ਇੰਡੀਆ ਤੋਂ ਜਿਸ ਤਰ੍ਹਾਂ ਮੈਂ ਆਈ ਹਾਂ ਬਹੁਤ ਸਾਰੀਆਂ ਲੜਕੀਆਂ ਐਜ਼ ਅ ਡਾਟਰ ਇਨ-ਲੋ ਬਹੁਤ ਆਈਆਂ ਹਨ ਉਹਨਾਂ ਨੇ ਬਹੁਤ ਕੁਝ ਅਚੀਵ ਵੀ ਕੀਤਾ ਹੈ ਤੇ ਉਹਨਾਂ ਦਾ ਇਸ ਧਰਮ ਦੇ ਵਿੱਚ ਬਹੁਤ ਡੂੰਗਾ ਰੋਲ ਵੀ ਹੈ ਜੀ ਉਹਨਾਂ ਸਾਰਿਆਂ ਨੂੰ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿ ਕਿਹੜੇ-ਕਿਹੜੇ ਫੀਲਡ ਦੇ ਵਿੱਚ ਕੀ-ਕੀ ਕਰ ਰਹੇ ਹਨ ਜੀ ਕੀ ਉਹ ਅਚੀਵ ਕਰ ਰਹੇ ਹਨ ਕੀ ਉਹ ਅੱਗੇ ਦੱਸ ਰਹੇ ਹਨ ਕਿਸ ਤਰ੍ਹਾਂ ਆਪਣੇ ਧਰਮ ਦਾ ਆਪਣੇ 바ਵਾ ਸਾਹਿਬ ਅੰਬੇਦਕਰ ਜੀ ਦੇ ਉਹਨਾਂ ਦਾ ਉਹ ਪ੍ਰਸਾਰ ਕਰ ਰਹੇ ਹਨ ਅਤੇ ਕਿਸ ਤਰ੍ਹਾਂ ਤੇ ਕੰਮ ਕਰ ਰਹੇ ਹਨ ਜੀ ਤੇ ਬਾਕੀ ਸਾਡੇ ਬਹੁਤ ਸਾਰੇ ਲੇਡੀਜ਼ ਜਿਹੜੇ ਹਨ ਉਹ ਮੈਡੀਟੇਸ਼ਨ ਦੀਆਂ ਕਲਾਸਸ ਵੀ ਲਾ ਰਹੇ ਹਨ ਜਾਂਦੇ ਹਨ ਲਾਉਣ ਕਲਾਸਾਂ ਬਹੁਤ ਸਾਰੇ ਲੇਡੀਜ਼ ਜਿਹੜੇ ਹਨ ਉਹ ਆਪਣੇ ਕਲਾਸਸ ਲਾ ਕੇ ਵੀ ਆਉਂਦੇ ਹਨ ਉੱਥੋਂ ਤੇ ਅਸੀਂ ਉਹਨਾਂ ਦਾ ਤਜਰਬਾ ਵੀ ਤੁਹਾਡੇ ਸਾਹਮਣੇ ਲਿਆਵਾਂਗੇ ਕਿ ਕਿਸ ਕਿਸ ਤਰ੍ਹਾਂ ਦੀਆਂ ਉਹ ਦੀਕਸ਼ਾ ਦੀਕਸ਼ਾ ਦੀਵਸ ਜੰਦੇ ਹਨ ਕਿਸ ਤਰ੍ਹਾਂ ਦੀਆਂ ਮੈਡੀਟੇਸ਼ਨ ਕਲਾਸਾਂ ਲਾਉਂਦੇ ਹਨ ਕਿਸ ਤਰ੍ਹਾਂ ਦੇ ਉੱਥੇ ਉਹ ਕੈਂਪਸ ਲਾ ਕੇ ਆਉਂਦੇ ਹਨ ਉਹਨਾਂ ਦਾ ਸਾਰਾ ਤਜਰਬਾ ਜਿਹੜਾ ਉਹ ਅਸੀਂ ਆਪਣੇ ਸਾਰੇ ਦਰਸ਼ਕਾਂ ਦੇ ਨਾਲ ਤੁਹਾਡੇ ਸਾਹਮਣੇ ਲਿਆਵਾਂਗੇ ਉਸ ਤੋਂ ਬਾਅਦ ਹੋਰ ਵੀ ਸਾਡੇ ਬਹੁਤ ਸਾਰੇ ਪ੍ਰੋਗਰਾਮ ਹਨ ਸਾਡੇ ਯੰਗਸਟਰ ਬੱਚੇ ਸਾਡੇ ਆਪਣੇ ਬੱਚੇ ਜਿਨ੍ਹਾਂ ਦੀ ਏਜ ਬਹੁਤ ਛੋਟੇ 10 ਤੋਂ 5 ਸਾਲ ਤੋਂ ਲੈ ਕੇ 12 13 ਸਾਲ ਦੀ ਏਜ ਹੈ ਉਹਨਾਂ ਸਾਰਿਆਂ ਦਾ ਰੇਖਾ ਜੀ ਆਮ ਵੈਰੀ ਸੌਰੀ ਟੂ ਇੰਟਰਰਪਟ ਯੂ ਹੇਅਰ ਕਿਉਂਕਿ ਅਸੀਂ ਬ੍ਰੇਕ ਵੱਲ ਹੁਣ ਜਾ ਰਹੇ ਹਾਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮਿਲਾਂਗੇ ਦਰਸ਼ਕੋ ਜਾਣਾ ਨਹੀਂ ਬ੍ਰੇਕ ਤੋਂ ਬਾਅਦ ਆਪਾਂ ਇੱਕ ਵਾਰ ਫਿਰ ਫਿਰ ਮਿਲਾਂਗੇ ਨਮੋ ਬੁੱਧਾ ਜੈ ਪੀਨ आ, ब्रेक ਤੋਂ ਬਾਅਦ ਯੂਰਪ ਅਤੇ ਯੂਕੇ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਅ ਬ੍ਰੇਕ ਤੋਂ ਬਾਅਦ ਸਾਡੇ ਨਾਲ ਇੱਕ ਨਵੇਂ ਗੈਸਟ ਜੁੜੇ ਹਨ ਆ ਉਹਨਾਂ ਦੇ ਨਾਲ ਤੁਹਾਡੀ ਜਾਣ ਪਹਿਚਾਨ ਕਰਾ ਦਿੱਤੀ ਜਾਵੇ ਕਮੇਟੀ ਦੇ ਮੈਂਬਰ ਪੱਤਰਕਾਰ ਮਨੋਰ ਲਾਲ ਵਰਦੀ ਜੀ ਸਟੂਡੀਓ ਵਿੱਚ ਹਾਜ਼ਰ ਹਨ ਵਰਦੀ ਜੀ ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ ਸਾਰਿਆਂ ਨੂੰ ਨਮੋਬੁੱਧਾ ਜੈਪੀ ਆ ਲੋਟਸ ਟੀਵੀ ਤੇ ਆਪ ਸਾਰਿਆਂ ਦਾ ਸਵਾਗਤ ਹੈ ਸੋ ਚੱਲੀ ਸਭ ਟਾਈਮ ਦੇਣ ਦਾ ਬਹੁਤ ਬਹੁਤ ਥੈਂਕਸ ਅ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਬਰਦੀ ਸਾਹਿਬ ਆਪਣੇ ਜਿਹੜੇ ਇਹ ਪ੍ਰੋਗਰਾਮ ਚੱਲ ਰਹੇ ਹਨ ਇਹ ਇੰਟਰੋਡਕਟਰੀ ਪ੍ਰੋਗਰਾਮ ਹਾਲੇ ਚੱਲ ਰਹੇ ਹਨ ਅਸੀਂ ਹਾਲੇ ਇੱਕ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਆਪਣੀ ਇੰਟਰੋਡਕਸ਼ਨ ਹੀ ਦੇ ਰਹੇ ਹਾਂ ਕਿ ਜਿਹੜਾ ਅਸੀਂ ਲੋਟਸ ਟੈਲੀਵਿਜ਼ਨ ਸ਼ੁਰੂ ਕੀਤਾ ਹੈ ਇਸ ਇਹ ਏਅਰ ਤੇ ਆ ਗਿਆ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਸਾਡੇ ਪ੍ਰੋਗਰਾਮ ਦੇਖੋ ਸਾਡਾ ਹੌਸਲਾ ਫੁਜਾਈ ਕਰੋ ਲੇਕਿਨ ਇਹਦੀ ਜਿਹੜੀ ਪ੍ਰੋਪਰਲੀ ਸ਼ੁਰੂ ਸ਼ੁਰੂਆਤ ਹੈ ਉਹ ਆਪਾਂ ਜਦੋਂ ਆਪਣਾ ਜਿਹੜਾ ਸਟੂਡੀਓ ਤਿਆਰ ਹੋਇਆ 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 ਹੈ ਬਲੋਹੈਮਪਟਨ ਦੇ ਵਿੱਚ ਬੁੱਧਿਸਟ ਇੰਟਰਨੈਸ਼ਨਲ মিডিਆ ਜਿਹੜਾ ਜਿੱਦਣ ਉਹ ਖੁੱਲ ਗਿਆ ਉਦੋਂ ਫਿਰ ਆਪਣੇ ਸਿਸਟੇਮੈਟਿਕ ਤਰੀਕੇ ਨਾਲ ਕਿੱਦਾਂ ਅਸੀਂ ਆਪਣੇ ਲੋਕਾਂ ਨੂੰ ਆਪਣੇ ਮਿਸ਼ਨ ਤੋਂ ਜਾਣੂ ਕਰਵਾਉਣਾ 바ਵਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਜੀ ਦੇ ਮਿਸ਼ਨ ਤੋਂ ਜਾਣੂ ਕਰਵਾਉਣਾ ਤਤਘਤ ਬੁੱਧ ਦੇ ਮਿਸ਼ਨ ਤੋਂ ਜਾਣੂ ਕਰਵਾਉਣਾ ਜਿਹੜੀਆਂ ਸਾਡੀਆਂ ਸੋਸ਼ਲ ਇਸ਼ੂਜ਼ ਹੈਗੇ ਆ ਉਹਨਾਂ ਨੂੰ ਅਸੀਂ ਕਿਦਾਂ ਟੈਕਲ ਕਰਨਾ ਜਿਹੜੇ ਸਾਡੇ ਲੇਡੀਜ਼ ਦੇ ਇਸ਼ੂ ਹੈਗੇ ਆ ਉਹਨਾਂ ਨੂੰ ਅਸੀਂ ਕਿਦਾਂ ਟੈਕਲ ਕਰਨਾ ਜਿਹੜੇ ਸਾਡੇ ਯੰਗਸਟਰ ਇੱਥੇ ਹੈਗੇ ਆ ਉਹਨਾਂ ਦੇ ਇਸ਼ੂ ਨੂੰ ਕਿਦਾਂ ਕਿਦਾਂ ਟੈਕਲ ਕਰਨਾ ਉਹ ਸਾਰੇ ਫਿਰ ਪ੍ਰੋਗਰਾਮ ਤਰਤੀਬવાર ਉਹ ਉਹ ਚੱਲਣਗੇ ਤੁਹਾਡੇ ਪਾਸੋਂ ਮੈਂ ਇਹ ਜਾਨਣਾ ਚਾਹਾਂਗਾ ਬਿਰਦੀ ਸਾਹਿਬ ਕਿ ਤੁਹਾਡੀ ਯੂਥ ਨੂੰ ਇਨਵੋਲਵ ਕਰਨ ਦੀ ਪਲਾਨਿੰਗ ਜੋ ਹੈ ਉਹ ਕਿਸ ਤਰ੍ਹਾਂ ਹੈ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਉਗੇ ਕਿ ਤੁਸੀਂ ਜੋ ਯੂਥ ਹੈ ਉਹਨੂੰ ਕਿਸ ਤਰ੍ਹਾਂ ਇਨਵੋਲਵ ਕਰਨਾ ਹੈ ਆਪਣੇ ਮਿਸ਼ਨ ਵਿੱਚ ਸੋ ਇਸ ਤੇ ਲਈ ਜਿਸ ਤਰ੍ਹਾਂ ਤੁਸੀਂ ਵੈਸਟੇ ਵਾਲੇ ਪ੍ਰੋਗਰਾਮ ਦੇ ਵਿੱਚ ਦੇਖਿਆ ਰੇਖਾ ਪਾਲ ਜੀ ਆਏ ਸੀਗੇ ਬਹੁਤ ਅੱਛਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਸਾਡੇ ਦੋ ਸਟ्रेस ਦੋ ਆਸਪੈਕਟ ਤੇ ਅਸੀਂ ਜ਼ਿਆਦਾ ਸਟ्रेस ਦੇਵਾਂਗੇ ਇੱਕ ਲੇਡੀਜ਼ ਨੂੰ ਇਨਵੋਲਵ ਕਰਨ ਦਾ ਔਰ ਇੱਕ ਯੂਥ ਨੂੰ ਇਨਵੋਲਵ ਕਰਨ ਦਾ ਲੇਡੀਜ਼ ਐਗਜ਼ਾਮਪਲ ਜਦ ਵੀ ਸਾਡੇ ਲਾਸਟ ਵੈਂਸਟੇ ਆਏ ਸੀਗੇ ਉਹ ਤੁਸੀਂ ਦੇਖਿਆ ਉਹਨਾਂ ਨੂੰ ਯੂਥ ਬਾਰੇ ਵੀ ਹੈ ਸਾਡਾ ਜਿਹੜਾ ਲਾਸਟ ਸੰਡੇ ਪ੍ਰੋਗਰਾਮ ਹੋਇਆ ਸੀ ਵੈਂਸਟੇ ਉਹਦੇ ਵਿੱਚ ਸਾਡੇ ਯੰਗਸਟਰ ਸਨੀ ਚੋਹਾਨ ਜੀ ਆਏ ਸੀਗੇ ਹਾਲਕਿ ਉਹ ਐਗਰੀ ਹੋ ਗਏ ਆ ਟ੍ਰੇਨਿੰਗ ਵੀ ਲੈਣਗੇ ਉਹ ਜੀ ਆ ਹਾਈ ਟੈਕੀ ਦੇ ਆਈਟੀ ਦੇ ਸਟੂਡੈਂਟ ਹੈਗੇ ਆ ਔਰ ਟੀਚਰ ਹੈਗੇ ਆ ਆਈਟੀ ਦੇ ਸਕੂਲ ਦੇ ਵਿੱਚ ਤਾਂ ਸਾਨੂੰ ਇਦਾਂ ਦੇ ਯੰਗਸਟਰ ਚਾਹੀਦੇ ਆ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਹੈਗੇ ਆ ਵੀ ਜਿਹੜੇ ਇੱਥੇ ਦੇ ਪੜ੍ਹੇ ਲਿਖੇ ਬੱਚੇ ਹੈਗੇ ਆ ਲੜਕੇ ਆ ਲੜਕੀਆਂ ਹੈਗੀਆਂ ਉਹ ਸਾਡੇ ਵਿੱਚ ਆਉਣ ਔਰ ਅਸੀਂ ਉਹਨਾਂ ਨੂੰ ਮੋਟੀਵੇਟ ਕਰਾਂਗੇ ਵੀ ਮੀ ਇਸ ਮੀਡੀਆ ਦੇ ਵਿੱਚ ਲੋਟਸ ਟੀਵੀ ਦੇ ਵਿੱਚ ਤੁਸੀਂ ਆ ਕੇ ਆਪਣਾ ਸਹਿਯੋਗ ਦਿਓ ਮੋਰਓਵਰ ਜਿਹੜੇ ਯੰਗਸਟਰ ਸਟੂਡੈਂਟ ਹੈਗੇ ਆ ਤੁਹਾਨੂੰ ਪਤਾ ਵੀ ਇੰਡੀਆ ਤੋਂ ਬਹੁਤ ਸਾਰੇ ਇਸ ਵੇਲੇ ਸਟੱਡੀ ਬੇਸ ਤੇ ਸਟੂਡੈਂਟ ਆ ਰਹੇ ਇੰਡੀਆ ਤੋਂ ਜੀ ਚਾਈਨਾ ਇੰਡੀਆ ਜਿਹੜੇ ਹੋਰ ਕੰਟਰੀ ਹੈਗੇ ਭਾਰਤ ਤੋਂ ਬਹੁਤ ਜ਼ਿਆਦਾ ਮਹਾਰਾਸ਼ਟra ਤੋਂ ਪੰਜਾਬ ਤੋਂ ਬਹੁਤ ਸਟੂਡੈਂਟ ਆ ਰਹੇ ਆ ਉਹਨਾਂ ਵਿੱਚੋਂ ਮੋਸਟਲੀ ਜਿਹੜੇ ਅੰਬੇਡਕਰਾਈ ਸਟੂਡੈਂਟ ਹੈਗੇ ਆ ਆਪਣੀ ਕਮਿਊਨਿਟੀ ਦੇ ਬੁੱਧੀ ਸਟੂਡੈਂਟ ਹੈ ਅਸੀਂ ਉਹਨਾਂ ਨੂੰ ਅਪਰੋਚ ਕਰਾਂਗੇ ਉਹਨਾਂ ਨੂੰ ਇਨਵੋਲਵ ਕਰਾਂਗੇ ਦੇਖੋ ਆਪਣਾ ਲੋਟਸ ਟੀਵੀ ਚੈਨਲ ਸ਼ੁਰੂ ਹੋਇਆ ਵੀ ਤੁਸੀਂ ਆਪ ਆ ਕੇ ਇੱਥੇ ਆਪਣੇ ਪ੍ਰੋਗਰਾਮ ਦਿਓ ਤੁਹਾਨੂੰ ਸਟੱਡੀ ਦੇ ਵਿੱਚ ਜਾਂ ਤੁਹਾਨੂੰ ਐਡਮਿਸ਼ਨ ਲੈਣ ਦੇ ਵਿੱਚ ਕੀ ਕੀ ਪ੍ਰੋਬਲਮ ਆਈਆਂ ਤੁਸੀਂ ਉਹਨਾਂ ਨੂੰ ਕਿੱਦਾਂ ਸੋਲਵ ਕੀਤਾ ਜਿਹੜੇ ਹੋਰ ਨਵੇਂ ਸਟੂਡੈਂਟ ਹੈਗੇ ਆ ਉਹਨਾਂ ਨੂੰ ਤੁਸੀਂ ਕਿੱਦਾਂ ਗਾਈਡ ਕਰ ਸਕਦੇ ਇਸ ਮਾਧਿਅਮ ਤੋਂ ਤਾਂ ਵੀ ਕਦੋਂ ਅਪਲਾਈ ਕਰਨਾ ਕਿਹੜੇ ਇੱਥੇ ਸਿਲੇਬਸ ਹੈਗੇ ਆ ਕਿਹੜੇ ਟੀਚਰ ਹੈਗੇ ਆ ਕੀ ਸਟੱਡੀ ਹੈ ਕਿੰਨੇ ਖਰਚਾ ਆਂਦਾ ਤੁਸੀਂ ਉਹ ਸਟੂਡੈਂਟ ਨੂੰ ਆਪਣੇ ਸਾਥੀਆਂ ਨੂੰ ਇੰਡੀਆਂਸ ਬੈਠਿਆਂ ਨੂੰ ਦੱਸ ਸਕਦੇ ਹੈਗੇ ਆ ਇਸ ਤਰ੍ਹਾਂ ਸਾਡਾ ਕਾਫੀ ਮਾਸਟਰ ਪਲਾਨ ਹੈਗਾ ਖਾਸ ਕਰਕੇ ਜੰਗਸਟਰ ਨੂੰ ਇਨਵੋਲਵ ਕਰਨ ਦਾ ਟਾਈਮ ਟੂ ਟਾਈਮ ਜਦਾਂ ਤੁਸੀਂ ਦੱਸਿਆ ਵੀ ਆਪਣੇ ਆ ਜਦੋਂ ਆਪਣਾ ਸਟੂਡੀਓ ਹੋ ਜਾਏਗਾ ਕਿਉਂਕਿ ਇੱਥੇ ਮਾਂਚੈਸਟਰ ਆਣਾ ਹੱਲੇ ਸਾਡੇ ਲਈ ਇਨਾ ਈਜ਼ੀ ਨਹੀਂ ਹੈ ਬੜਾ ਡਿਫਿਕਲਟ ਹੈਗਾ ਟਰੈਵਲ ਕਰਕੇ ਹਣਾ ਜਦੋਂ ਆਪਣੇ ਬੁੱਧੀ ਸੈਂਟਰ ਦੇ ਵਿੱਚ ਵੁਲਹਮਟਨ ਅੰਬੇਡਕਰ ਕਮਿਊਨਿਟੀ ਸੈਂਟਰ ਜਦੋਂ ਆਪਣਾ ਸਟੂਡੀਓ ਚਾਲੂ ਹੋ ਗਿਆ ਉੱਥੇ ਸਟੂਡੈਂਟ ਨੂੰ ਇਨਵਾਈਟ ਕਰਾਂਗੇ ਲੋਕਲ ਯੂਨੀਵਰਸਿਟੀ ਹੈ ਜੀ ਵੁਲਹਮਟਨ ਯੂਨੀਵਰਸਿਟੀ ਹੈਗੀ ਆ ਉੱਥੇ ਸਟੂਡੈਂਟ ਆਗੇ ਆ ਬਰੇਵੀਆ ਯੂਨੀਵਰਸਿਟੀ ਆ ਲੰਡਨ ਸਾਡੇ ਬਹੁਤ ਸਾਰੇ ਸਟੂਡੈਂਟ ਆਗੇ ਆ ਅਸੀਂ ਇਦਾਂ ਜਿਹੜੇ ਆਪਣੇ ਬੱਚੇ ਹੈਗੇ ਆ ਇੱਥੇ ਦੇ ਵੀ ਜਿਹੜੇ ਭਾਰਤ ਤੋਂ ਵੀ ਆਏ ਉਹਨਾਂ ਨੂੰ ਇਨਵੋਲ ਕਰਨ ਦਾ ਅਹ ਥੈਂਕ ਯੂ ਵੈਰੀ ਮਚ ਮੇਰਾ ਅਗਲਾ ਕੁਐਸਚਨ ਹੈਗਾ ਤੁਹਾਡੇ ਲਈ ਕਿ ਬੁੱਧਿਸਟ ਇੰਟਰਨੈਸ਼ਨਲ মিডিਆ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸ਼ੁਰੂਆਤ ਹੈ ਇਸ ਨਾਲ ਬਾਬਾ ਸਾਹਿਬ ਦੇ ਮਿਸ਼ਨ ਨੂੰ ਤੁਸੀਂ ਕਿਹੜੀ ਨਵੀਂ ਸੇਧ ਦੇਣ ਜਾ ਰਹੇ ਹੋ ਉਸ ਦੇ ਵਿੱਚ ਇਸ ਤਰ੍ਹਾਂ ਹੈਗਾ ਵੀ ਜਿਹੜੀ ਵੀ ਅਸੀਂ ਨਿਊਜ਼ ਲੈਣੇ ਆ ਬਾਬਾ ਸਾਹਿਬ ਬਾਰੇ ਕੋਈ ਇਨਫੋਰਮੇਸ਼ਨ ਲੈਣੇ ਆ ਉਹ ਮਨੁਵਾਦੀ মিডিਆ ਤੋਂ ਲੈਣੀ ਹੈ ਜੀ ਚਾਹੇ ਉਹ ਨਿਊਜ਼ਪੇਪਰ ਆ ਚਾਹੇ ਉਹ ਟੀਵੀ ਚੈਨਲ ਹੈਗਾ ਆ ਸਾਡਾ ਆਪਣਾ ਕੋਈ ਮੀਡੀਆ ਨਹੀਂ ਹੈਗਾ ਜੀ ਉਹ ਜਿਹੜੀ 바ਵਾ ਸਾਹਿਬ ਬਾਰੇ ਜਾਂ ਬੋਧੀਸਮ ਬਾਰੇ ਜਾਂ ਕਿਸੇ ਬੰਤੇਜੀ ਦੇ ਜੋ ਪਰਵਚਨ ਹੈਗਾ ਉਹਨੂੰ ਐਡਿਟ ਕਰਕੇ ਦਿੰਦੇ ਹੈਗੇ ਆ ਜੋ 바ਵਾ ਸਾਹਿਬ ਦਾ ਮਿਸ਼ਨ ਹੈਗਾ ਉਹਨੂੰ ਆਪਣੇ ਤਰੀਕੇ ਨਾਲ ਤਰੋੜ ਮਰੋੜ ਕੇ ਐਡਿਟ ਕਰਕੇ ਸਾਡੇ ਤੱਕ ਪਹੁੰਚਾਉਂਦੇ ਆ ਜੋ 바ਵਾ ਸਾਹਿਬ ਦਾ ਅਸਲੀ ਮੈਸੇਜ ਹੈਗਾ ਆ ਉਹ ਉਹ ਨਹੀਂ ਸਾਡੇ ਤੱਕ ਆ ਰਿਹਾ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਸਾਨੂੰ ਪਤਾ ਲੱਗਣੀ ਚਾਹੀਦੀਆਂ ਉਹ ਕਈ ਕਈ ਤਾਂ ਦਵਾਈਆਂ ਹੀ ਹੋਈਆਂ ਕਈਆਂ ਨੂੰ ਸਾਡੇ ਤੱਕ ਟੱਚ ਹੀ ਨਹੀਂ ਕੀਤਾ ਜੀ ਮੋਸਟਲੀ ਬਾਬਾ ਸਾਹਿਬ ਨੂੰ ਆਂ ਇੰਡੀਆ ਦੇ মিডিਆ ਇਹ ਪ੍ਰੈਜ਼ੈਂਟ ਕਰਦੇ ਹੈਗੇ ਬਈ ਬਾਬਾ ਸਾਹਿਬ ਇੱਕ ਪੋਲੀਟੀਕਲ ਲੀਡਰ ਹੋਏ ਆ ਜੀ ਉਹਨਾਂ ਨੇ ਸੰਵਧਾਨ ਲਿਖਿਆ ਜੀ ਉਹ ਵੀ ਹੁਣ ਹੁਣ ਥੋੜਾ ਥੋੜਾ ਕਹਿਣ ਲੱਗੇ ਆ ਪਰ ਬਾਬਾ ਸਾਹਿਬ ਨੇ ਇੰਨੇ ਫੀਲਡ ਦੇ ਵਿੱਚ ਕੰਮ ਕੀਤਾ ਆ ਜਿਹੜਾ ਕਿ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਜੀ ਜਿਸ ਤਰ੍ਹਾਂ ਬਾਬਾ ਸਾਹਿਬ ਇੱਕ ਬਹੁਤ ਵੱਡੇ ਇਕਨੋਮਿਸਟ ਹੋਏ ਆ ਗਿਆ ਜੀ ਉਹਨਾਂ ਦੀ ਜਿਹੜੀ ਪੀ ਐਚ ਦੀ ਡਿਗਰੀ ਹੈਗੀ ਅਮਰੀਕਾ ਤੋਂ ਉਹ ਉਹ ਇਕਨੋਮੀ ਤੇ ਹੋਈ ਐ ਇਕਨੋਮਿਕਸ ਤੇ ਕੀਤੀ ਹੈਗੀ ਆ 바ਵਾ ਸਾਹਿਬ ਬਹੁਤ ਵੱਡੇ ਲੇਬਰ ਦੇ ਜਿਹੜੇ ਰਿਫਾਰਮਰਸ ਹੋਏ ਹੈਗੇ ਆ ਜੀ ਜਦੋਂ ਵਾਇਸਰਾਇ ਕੌਂਸਲ ਦੇ ਵਿੱਚ ਉਹ ਲੇਬਰ ਮੈਂਬਰ ਬਣੇ ਆ ਉਸ ਵੇਲੇ ਜਿਹੜੇ 바ਵਾ ਸਾਹਿਬ ਨੇ ਰਿਫਾਰਮਸ ਕੀਤੇ ਹੈਗੇ ਆ ਉਹ ਕਿਸੇ ਨੂੰ ਨਹੀਂ ਪਤਾ ਵੀ ਅੱਜ ਜੋ ਇੰਡੀਆ ਵਿੱਚ ਲੇਬਰ ਲਾ ਚਾਲੂ ਹੈਗੇ ਆ ਜੀ ਇਹ ਪ੍ਰੋਸੈਸ ਦੇ ਵਿੱਚ ਹੈਗੇ ਉਹ ਬਾਬਾ ਸਾਹਿਬ ਦੇ ਟਾਈਮ ਤੇ ਉਹਨਾਂ ਨੇ ਤਿਆਰ ਕੀਤੇ ਆ ਜੋ ਬਾਬਾ ਸਾਹਿਬ ਦੇ ਇਰੀਗੇਸ਼ਨ ਪ੍ਰੋਜੈਕਟ ਹੈਗੇ ਪਾਵਰ ਪ੍ਰੋਜੈਕਟ ਹੈਗੇ ਆ ਇਹ ਉਸ ਵੇਲੇ ਦੀ ਸਾਰੀਆਂ ਉਹਨਾਂ ਦੇ ਉਹਨਾਂ ਦੀ ਪਲਾਨਿੰਗ ਸੀ ਜਿਹੜੀ ਕਿ ਸਾਨੂੰ ਨਹੀਂ ਇਹ ਮੀਡੀਆ ਦੱਸਦਾ ਸੋ ਇਸ ਤਰ੍ਹਾਂ ਹੀ ਕਈ ਅਸੀਆਂ ਗੱਲਾਂ ਹੈਗੀਆਂ ਨੈਸ਼ਨਲ ਗ੍ਰਿਡ ਨੈਸ਼ਨਲ ਗ੍ਰਿਡ ਦੇ ਪਾਵਰ ਪ੍ਰੋਜੈਕਟ ਦੇ ਹੈਗੇ ਆ ਪਾਖੜਾ ਡੈਮ ਹੈਗੇ ਆ ਹੋਰ ਦਾਮੋਦਰ ਵੈਲੀ ਪ੍ਰੋਜੈਕਟ ਹੈਗਾ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਕਿ ਸਾਡਾ ਇੱਕ ਨੈਕਸਟ ਦੇ ਬਹੁਤ ਜਲਦੀ ਇੱਕ ਇੱਕ ਅਲੱਗ-ਅਲੱਗ ਸਪੈਸ਼ਲਿਸਟ ਪ੍ਰੋਗਰਾਮ ਅਸੀਂ ਦਿਆ ਕਰਾਂਗੇ ਹੁਣ ਤਾਂ ਜਦੋਂ ਆਪਣੀ ਇੰਟਰੋਡਕਟਿਵ ਪ੍ਰੋਗਰਾਮ ਚੱਲਦੇ ਹੈਗੇ ਆ ਜਿਆਦਾ ਅਸੀਂ ਬੇਸਿਕ ਨਿਊਜ਼ ਹੀ ਦੇਣੀ ਹੈਗੀ ਆ ਵੀ ਨੋਟਿਸ ਟੀਵੀ ਕਿੱਦਾਂ ਸ਼ੁਰੂ ਹੋਇਆ ਇਹਦੇ ਕਿਹੜੇ ਕਿਹੜੇ स्लots ਹੋਣੇ ਕਿਹੜੇ ਕਿਹੜੇ ਦਿਨ ਚੱਲਣਾ ਕੀ ਟਾਈਮਿੰਗ ਹੋਏਗੀ ਇਹ ਜਨਰਲ ਇਨਫੋਰਮੇਸ਼ਨ ਦੇ ਆ ਪਰ ਜਦੋਂ ਜਿਆਦਾ ਟਾਈਮ ਸਾਡਾ ਆਊਗਾ ਸਾਡਾ अपना स्टूडियो शुरू ਹੋਊਗਾ ਉਸ ਤਰ੍ਹਾਂ 바ਵਾ ਸਾਹਿਬ ਦੇ ਇੱਕ ਇੱਕ ਪੈਨਲ ਤੇ ਇੱਕ ਇੱਕ ਪਹਿਲੂ ਤੇ ਇੱਕ ਇੱਕ ਸਪੈਸ਼ਲਿਸਟ ਅਸੀਂ ਟਾਪਿਕ ਤੇ ਡਿਸਕਸ ਕਰਿਆ ਕਰਾਂਗੇ ਜੀ ਫਿਰ 바ਵਾ ਸਾਹਿਬ ਨੇ ਇਕਨੋਮੀ ਤੇ ਕੀ ਉਹਨਾਂ ਦੇ ਵਿਚਾਰ ਸੀ 바ਵਾ ਸਾਹਿਬ ਦੇ ਫੋਰਨ ਰਿਲੇਸ਼ਨ ਤੇ ਕੀ ਵਿਚਾਰ ਸੀ 바ਵਾ ਸਾਹਿਬ ਦੇ ਪਾਕਿਸਤਾਨ ਜਿਹੜੀ ਡਿਵੀਜ਼ਨ ਹੋਈ ਆ 9047 ਟੂ ਨੇਸ਼ਨ ਥਿਉਰੀ ਉਹਦੇ ਤੇ ਕੀ ਥਾਟਸ ਆਨ ਪਾਕਿਸਤਾਨ 바ਵਾ ਸਾਹਿਬ ਦੇ ਕੀ ਧਰਮ 바 ਉਹਨਾਂ ਨੇ ਇੱਕ ਕਿਤਾਬ ਵੀ ਪਹਿਲਾਂ ਹੀ ਲਿਖ ਦਿੱਤੀ ਸੀ ਥਾਟਸ ਆਨ ਪਾਕਿਸਤਾਨ ਤਾਂ ਬੁੱਧਿਜ਼ਮ ਤੇ ਬਾਬਾ ਸਾਹਿਬ ਦੇ ਕੀ ਵਿਚਾਰ ਸੀ ਇਹ ਤਾਂ ਸਪੈਸ਼ਲਿਸਟ ਅਸੀਂ ਟੌਪਿਕ ਲਿਆਵਾਂਗੇ ਉਹਦੇ ਵਿੱਚ ਜਿਹੜੇ ਉਸ ਚੀਜ਼ ਦੀ ਜਾਣਕਾਰੀ ਰੱਖਦੇ ਸਪੈਸ਼ਲਿਸਟ ਨੋਲਿਜ ਵਾਲੇ ਬੰਦੇ ਹੈਗੇ ਆ ਜਿਹੜੇ ਪ੍ਰਵਕਤਾ ਹੈਗੇ ਆ ਜਿਹੜੇ ਜਾਣਦੇ ਹੈਗੇ ਆ ਜਿਹਨਾਂ ਨੇ ਸਟੱਡੀ ਕੀਤੀ ਹੈ ਗਹਿਰਾਈ ਵਿੱਚ ਉਹਨਾਂ ਨੂੰ ਅਸੀਂ ਲਿਆਵਾਂਗੇ ਇਸ ਤਰ੍ਹਾਂ ਸਾਡੀ ਇੱਕ ਲੋਟਸ ਟੀਵੀ ਦੇ ਚੈਨਲ ਤੋਂ ਇੱਕ ਇੱਕ ਸਪੈਸ਼ਲਿਸਟ ਅਸੀਂ ਇੱਕ ਅਲੱਗ ਤਰ੍ਹਾਂ ਦਾ ਬਾਬਾ ਸਾਹਿਬ ਦਾ ਜੋ ਸਹੀ ਮਿਸ਼ਨ ਹੈਗਾ ਉਹਨੂੰ ਲਿਆਉਣ ਦੀ ਕੋਸ਼ਿਸ਼ ਆਪਣੇ ਦਰਸ਼ਕਾਂ ਤੱਕ ਕਰਾਂਗੇ ਰਾਈਟ ਤੁਸੀਂ ਬੁੱਧਿਜ਼ਮ ਬਾਰੇ ਇਸ ਦੇ ਉੱਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਦਿਆ ਕਰੋਗੇ ਕਿਉਂਕਿ ਬਾਬਾ ਸਾਹਿਬ ਦੇ ਉੱਤੇ ਤਾਂ ਕਾਫੀ ਗੱਲਬਾਤ ਹੁੰਦੀ ਰਹਿੰਦੀ ਆ ਲੇਕਿਨ ਬੁੱਧ ਧਰਮ ਦੇ ਉੱਤੇ ਬਹੁਤ ਘੱਟ ਗੱਲ ਆਪਣੇ ਪੰਜਾਬੀਆਂ ਵੱਲੋਂ ਕੀਤੀ ਗਈ ਆ ਤੁਸੀਂ ਇਹਦੇ ਬਾਰੇ ਕੁਝ ਦੱਸੋਗੇ ਕਿ ਬੁੱਧਿਜ਼ਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀ ਕੀ ਉਪਰਾਲੇ ਕਰਨ ਦੇ ਤੁਹਾਡੇ ਇਰਾਦੇ ਹੈਗੇ ਆ ਜਾਂ ਕਿਹਨਾ ਕਿਹਨਾ ਚੈਨਲਾਂ ਦੇ ਥਰੂ ਤੁਸੀਂ ਬੁੱਧਿਜ਼ਮ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਸਕੀਮ ਕੋਈ ਬਣਾਈ ਹੈ ਉਹਦੇ ਬਾਰੇ ਮਾੜਾ ਜਿਹਾ ਕੁਝ ਦੱਸੋਗੇ ਉਹਦੇ ਲਈ ਚਲੀ ਸਾਬ ਇਸ ਤਰ੍ਹਾਂ ਪਲਾਨ ਕੀਤਾ ਵੀ ਬੇਸਿਕਲੀ ਸਾਡਾ ਇਹ ਟਾਰਗੇਟ ਹੋਏਗਾ ਸਾਡੀ ਪਲਾਨਿੰਗ ਹੈ ਵੀ ਜੋ ਬੁੱਧ ਧਰਮ ਦਾ ਪ੍ਰਚਾਰ ਹੈਗਾ ਜੋ ਸਾਡੇ ਪੂਜਯ ਬਿਖਸ਼ੂਸ ਹੈਗੇ ਬਿਖੂ ਸੰਗ ਹੈਗਾ ਜੀ ਉਹਨਾਂ ਦੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਇਸ ਚੈਨਲ ਤੇ ਆ ਕੇ ਟਾਈਮ ਟੂ ਟਾਈਮ ਆਪਣਾ ਸਮਾਂ ਕੱਢ ਕੇ ਇਹ ਬੁੱਧ ਧਰਮ ਦਾ ਪ੍ਰਚਾਰ ਕਹਾਂ ਜੋ ਭਗਵਾਨ ਬੁੱਧੀ ਬਾਣੀ ਹੈਗੀ ਇਹ ਜੋ ਗਾਥਾ ਹੈਗਾ ਉਹਨੇ ਕੀ ਸੰਦੇਸ਼ ਦਿੱਤਾ ਹੈਗਾ ਉਹ ਕੋਸ਼ਿਸ਼ ਇਹ ਹੋਏਗੀ ਜਿਹੜੇ ਚਾਹੇ ਉਹ ਬੰਦੇ ਜੀ ਇੰਡੀਆ ਦੇ ਹੋਣ ਚਾਹੇ ਸ਼੍ਰੀਲੰਕਾ ਦੇ ਚਾਹੇ ਥਾਈਲੈਂਡ ਦੇ ਬਰਮਾ ਦੇ ਅਲੱਗ-ਅਲੱਗ ਕੰਟਰੀਜ਼ ਦੇ ਲਰਨ ਬੰਦੇ ਜਿਹਨੂੰ ਲਿਆ ਕੇ ਅਸੀਂ ਉਹਨਾਂ ਦੇ ਪਰਵਚਨ ਕਰਵਾਇਆ ਕਰਾਂਗੇ ਜਿਹੜੇ ਮੈਡੀਟੇਸ਼ਨ ਦੇ ਟੀਚਰ ਹੈਗੇ ਆ ਉਹਨਾਂ ਨੂੰ ਲਿਆਇਆ ਕਰਾਂਗੇ ਆਪਣੇ ਚੈਨਲ ਤੇ ਜਿਹੜੇ ਕਿ ਆਪਣੀ ਮੈਡੀਟੇਸ਼ਨ ਬਾਰੇ ਟੀਚਿੰਗ ਦੱਸ ਸਕਦੇ ਹੈਗੇ ਆ ਔਰ ਜਿਹੜੇ ਉਪਾਸਕ ਵੀ ਜਿਨ੍ਹਾਂ ਨੇ ਮੈਡੀਟੇਸ਼ਨ ਦੇ ਬੜੇ ਲੌਂਗ ਕੋਰਸਸ ਕੀਤੇ ਆ ਕਾਫੀ ਕੋਰਸਸ ਕੀਤੇ ਆ ਉਹਨਾਂ ਨੂੰ ਵੀ ਅਸੀਂ ਆਪਣੇ ਇਸ ਚੈਨਲ ਤੇ ਲਿਆ ਕਰਨੇ ਤਾਂ ਕਿ ਉਹ ਮੈਡੀਟੇਸ਼ਨ ਬਾਰੇ ਜਿਹੜੀ ਹੈਗੀ ਆਪਣਾ ਅਨੁਭਵ ਦੱਸ ਸਕਣ ਉਹਨਾਂ ਨੂੰ ਆਪ ਦੱਸਣ ਵੀ ਕੀ ਮੈਡੀਟੇਸ਼ਨ ਹੈ ਕੀ ਆ ਇਹ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇਹਦੇ ਬੈਨੀਫਿਟਸ ਕੀ ਆ ਇਹਦਾ ਕੀ ਫਾਇਦਾ ਹੁੰਦਾ ਆ ਇਹਨੂੰ ਕਿਸ ਕਿਸ ਤਰ੍ਹਾਂ ਕਰਨਾ ਚਾਹੀਦਾ ਇਸ ਤਰ੍ਹਾਂ ਜੋ ਭਗਵਾਨ ਬੁੱਧੀ ਜੀ ਹੈਗੀ ਹੈ ਟੀਚਿੰਗ ਉਹ ਗਾਥਾ ਦੇ ਵਿੱਚ ਵੀ ਚਾਂਟਿੰਗ ਦੇ ਵਿੱਚ ਵੀ ਮੈਡੀਟੇਸ਼ਨ ਦੇ ਵਿੱਚ ਵੀ ਬੰਤੇ ਜੀ ਮੈਨ ਲਈ ਇਹਨੂੰ ਲੀਡ ਕਰਨਗੇ ਬੰਤੇ ਲੋਕ ਬਿਖੂ ਸੰਗ ਲੀਡ ਕਰੇਗਾ ਜਿੱਥੇ-ਇਥੇ ਲੋਡ ਪਏ ਜਿਹੜੇ ਸਾਡੇ ਸੂਜ਼ਵਾਨ ਪਾਸ ਸਖਿਆਗੇ ਆ ਮੈਡੀਟੇਟਰ ਹੈਗੇ ਆ ਉਹ ਵੀ ਇਹਦੇ ਵਿੱਚ ਟਾਈਮ ਟੂ ਟੂ ਮੇ ਆ ਕੇ ਆਪਣੇ ਜਿਹੜੇ ਲੋਟਸ ਟੀਵੀ ਦੇ ਵਿਊਅਰਸ ਹੈਗੇ ਆ ਉਹਨਾਂ ਨੂੰ ਐਜੂਕੇਟ ਕਰਨੇ ਇੱਥੇ ਮੈਂ ਤੁਹਾਡੇ ਕੋਲੋਂ ਇੱਕ ਗੱਲ ਜ਼ਰੂਰ ਜਾਣਨੀ ਚਾਹਾਂਗਾ ਕਿ ਬੁੱਧਿਜ਼ਮ ਜੋ ਹੈ ਜਿੰਨੀਆਂ ਗਾਥਾ ਹਨ ਉਹ ਸਾਰੀਆਂ ਹੀ ਪਾਲੀ ਭਾਸ਼ਾ ਦੇ ਵਿੱਚ ਆ ਜਿਹੜੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਉਹ ਇਹ ਕ੍ਰੀਏਟ ਹੁੰਦੀ ਆ ਕਿ ਪਾਲੀ ਭਾਸ਼ਾ ਜਿਹੜੀ ਆ ਉਹ ਸਾਡੇ ਲੋਕਾਂ ਨੂੰ ਆਉਂਦੀ ਨਹੀਂ ਉਹ ਜੇਕਰ ਕੋਈ ਗਾਥਾ ਬੋਲਦੇ ਵੀ ਆ ਉਹਨਾਂ ਨੂੰ ਉਹ ਸਮਝ ਨਹੀਂ ਆਉਂਦੀ ਕਿ ਇਸ ਗਾਥਾ ਦਾ ਮੀਨਿੰਗ ਕੀ ਆ ਕਿਉਂਕਿ ਗਾਥਾ ਜਿੰਨੀ ਵੀ ਮਰਜ਼ੀ ਚੰਗੀ ਕਿਉਂ ਨਾ ਹੋਵੇ ਜਿੰਨੀ ਚ ਜਿੰਨੀ ਦੇਰ ਤੱਕ ਉਸ ਦਾ ਮਤਲਬ ਨਹੀਂ ਸਮਝ ਆਉਂਦਾ ਕਿ ਇਸ ਗਾਥਾ ਦਾ ਮਤਲਬ ਕੀ ਆ ਤਾਂ ਉਹ ਉਹ ਭੈਂਸ ਨੂੰ বীਣ ਵਜਾਉਣ ਵਾਲੀ ਗੱਲ ਆ ਰਾਈਟ ਤੁਸੀਂ ਜਿੰਨੀ ਵੀ ਮਰਜ਼ੀ ਚੰਗੀ ਚੀਜ਼ ਜਿਹੜੀ ਆ ਉਹ ਤੁਸੀਂ ਦੱਸੋ ਜੇ ਉਸ ਦੀ ਸਮਝ ਨਹੀਂ ਲੱਗਦੀ ਤਾਂ ਉਹ ਕਿਸੇ ਕੰਮ ਦੀ ਚੀਜ਼ ਨਹੀਂ ਰਹਿੰਦੀ ਤਾਂ ਕੀ ਤੁਸੀਂ ਆਪਣੀ ਜਿਹੜੀ ਮਾਤਰਭਾਸ਼ਾ ਆ ਉਹਦੇ ਵਿੱਚ ਲੋਕਾਂ ਨੂੰ ਕਿਹੜੇ ਤਰੀਕੇ ਨਾਲ ਸਮਝਾਇਆ ਕਰੋਗੇ ਕਿ ਜਿਹੜੇ ਜਿਹੜੇ ਤਥਾਗਤ ਬੁੱਧ ਦੇ ਦੀ ਜਿਹੜੀ ਫਿਲਾਸਫੀ ਆ ਤਥਾਗਤ ਬੁੱਧ ਦੇ ਜਿਹੜੇ ਪਰਵਚਨ ਆ ਉਹਨਾਂ ਦਾ ਮੀਨਿੰਗ ਕੀ ਆ ਕਿਸ ਤਰੀਕੇ ਨਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜਾ ਦੱਸੋਗੇ ਇਸ ਦੇ ਬਾਰੇ ਵਿੱਚ ਉਸ ਲਈ ਇਸ ਤਰ੍ਹਾਂ ਕਿ ਕਿਉਂਕਿ ਲੈਂਗੁਏਜ ਬੈਰੀਅਰ ਇੱਕ ਬਹੁਤ ਵੱਡਾ ਬੈਰੀਅਰ ਹੈ ਜਿੰਨੀ ਦੇ ਤੁਹਾਡੀ ਆਪਣੀ ਮਾਤਰ ਭਾਸ਼ਾ ਸ ਗੱਲ ਨਹੀਂ ਅਸੀਂ ਕਰਦੇ ਉਹ ਸਮਝ ਨਹੀਂ ਆਂਦੀ ਹੈਗੀ ਜੀ ਇੱਥੇ ਯੰਗਸਟਰ ਨੂੰ ਵੀ ਇਹੀ ਪ੍ਰੋਬਲਮ ਆ ਜਾਂਦੀ ਹੈ ਬੁੱਧ ਪਿਆਰ ਜਦੋਂ ਆਉਂਦੇ ਹੈਗੇ ਅਸੀਂ आ, लोग ਜਾਂ ਤਾਂ ਪੰਜਾਬੀ ਇਸ ਗੱਲ ਕਰਦੇ ਹੈਗੇ ਬੰਤੇ ਲੋਕ ਪਾਲੀ ਚ ਚਾਂਟੀ ਕਰਦੇ ਆ ਜਿਹੜੇ ਯੂਥ ਹੈਗੇ ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ ਇਸ ਕਰਕੇ ਉਹਨਾਂ ਦਾ ਇੰਟਰਸਟ ਜਿਹੜਾ ਉਹਦੇ ਵਿੱਚ ਬਹੁਤ ਘੱਟ ਹੈਗਾ ਇਹੀ ਪ੍ਰੋਬਲਮ ਧੰਮ ਪ੍ਰਚਾਰ ਦੇ ਵਿੱਚ ਹੈਗੀ ਹੈ ਕਿਉਂਕਿ ਭਗਵਾਨ ਬੁੱਧ ਦਾ ਸਾਰਾ ਲਿਟਰੇਚਰ ਪਾਲੀ ਭਾਸ਼ਾ ਵਿੱਚ ਹੈਗਾ ਸਾਰੀਆਂ ਗਾਥਾ ਪਾਲੀ ਭਾਸ਼ਾ ਵਿੱਚ ਹੈਗੀਆਂ ਇਸ ਦਾ ਹੱਲ ਇਹ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਇਕ ਤਾਂ ਕਾਫੀ ਇਸ ਦੇ ਵਿੱਚ ਆਪਾਂ ਸਟੈਪ ਲੈ ਚੁੱਕੇ ਹੈਗੇ ਆ ਕਿਉਂਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੇ ਕਾਫੀ ਲਿਟਰੇਚਰ ਜਿਹੜਾ ਹਿੰਦੀ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਾ ਚੁੱਕੇ ਹੈਗੇ ਆ ਜੀ ਬਹੁਤ ਸਾਰੀਆਂ ਬੁੱਕਸ ਜਿਹੜੀਆਂ ਹੈਗੀਆਂ ਆਲਰੇਡੀ ਪਾਲੀ ਦੀਆਂ ਜਿਹੜੀਆਂ ਗਾਥਾ ਹੈਗੀਆਂ ਪੰਜਾਬੀ ਵਿੱਚ ਵੀ ਛਪ ਚੁੱਕੀਆਂ ਹਿੰਦੀ ਵਿੱਚ ਵੀ ਛਪ ਚੁੱਕੀਆਂ ਔਰ ਇੰਗਲਿਸ਼ ਵਿੱਚ ਵੀ ਤਾਂ ਬਹੁਤ ਬਹੁਤ ਜ਼ਿਆਦਾ ਲਿਟਰੇਚਰ ਹੈਗਾ ਇੱਕ ਤਾਂ ਸਾਡੀ ਇਹ ਕੋਸ਼ਿਸ਼ ਹੈ ਕਿ ਉਹਨੂੰ ਟਰਾਂਸਲੇਟਨ ਕਰਾਈ ਜਾਵੇ ਜੀ ਦੂਸਰੀ ਜਦੋਂ ਮੰਨ ਲਓ ਕੋਈ ਥਾਈ ਮੰਕਸ ਆਂਦੇ ਹੈਗੇ ਥਾਈ ਮੰਗਸਾਗਰੇ ਜਾਂ ਬਰਮੀਜ਼ ਬੰਤੇਜੀ ਆਂਦੇ ਆ ਉਹ ਜਾਂ ਤਾਂ ਇੰਗਲਿਸ਼ ਬੋਲਣਗੇ ਜਾਂ ਥਾਈ ਬੋਲਣਗੇ ਜਾਂ ਪਾਲੀ ਬੋਲਣਗੇ ਜੀ ਤੇ ਹਿੰਦੀ ਪੰਜਾਬੀ ਉਹ ਬਿਲਕੁਲ ਨਹੀਂ ਬੋਲ ਸਕਦੇ ਹੈਗੇ ਉਹਦੇ ਲਈ ਜਦੋਂ ਸਾਡੇ ਕੋਲ ਬੰਤੇਜੀ ਆਏ ਸਪੋਜ਼ ਕਰੋ ਟੀਵੀ ਚੈਨਲ ਤੇ ਇੱਕ ਥਾਈ ਬੰਤੇਜੀ ਆਂਦੇ ਹੈਗੇ ਆ ਉਹ ਪਾਲੀ ਦੇ ਵਿੱਚ ਇੰਗਲਿਸ਼ ਵੇਪਰ ਪਰਵਚਨ ਕਰਨਗੇ ਜੀ ਉਹਦੇ ਨਾਲ ਕੋਈ ਅਸੀਂ ਐਸਾ ਅਰੇਂਜ ਕਰਾਂਗੇ ਕੋਈ ਇੱਕ ਉਪਾਸਕ ਹੋਵੇ ਜਿਹੜਾ ਉਹ ਨਾਲੋਂ ਨਾਲੋਂ ਟਰਾਂਸਲੇਟ ਕਰਕੇ ਦੱਸੇਗਾ ਮੈਂ ਇਹੀ ਜਾਨਣਾ ਚਾਹੁੰਦਾ ਸੀ ਉਹ ਜਿਹੜਾ ਉਪਾਸਕ ਜਿਹੜਾ ਆਊਗਾ ਉਹ ਜੋ ਬੰਤੇਜੀ ਕਹਿ ਰਹੇ ਪਾਲੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਵੀ ਅਸੀਂ ਆਪਣੇ ਲੋਹ ਪੀਪਲ ਹੈਗੇ ਆ ਜਿਹੜੇ ਘੱਟ ਪੜੇ ਲਿਖੇ ਆ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਪਾਲੀ ਨਹੀਂ ਆਉਂਦੀ ਉਹ ਨਾਲੋਂ ਨਾਲ ਅਸੀਂ ਟਰਾਂਸਲੇਟ ਕਰਕੇ ਉਹ ਆਪਣੇ ਦਰਸ਼ਕਾਂ ਨੂੰ ਲੋਟਸ ਟੀਵੀ ਦੇ ਜਿਹੜੇ ਵਿਊਅਰਸ ਆ ਉਹਨਾਂ ਤੱਕ ਪਹੁੰਚਾਵਾਂਗੇ ਜਿਹੜੀ ਗੱਲ ਅ ਜਿਸ ਤਰ੍ਹਾਂ ਕਿ ਜਿਹੜੀ ਮੈਡੀਟੇਸ਼ਨ ਆ ਬੁੱਧ ਧਰਮ ਦੀ ਇਹ ਇੱਕ ਜੜ੍ਹ ਆ ਰੂਟ ਆ ਹਰ ਚੀਜ਼ ਇਸ ਰੂਟ ਤੋਂ ਨਿਕਲਣੀ ਆ ਜਿਹੜਾ ਮਾਈਂਡ ਆ ਇਹਨੂੰ ਕੰਟਰੋਲ ਕਰਨ ਵਾਸਤੇ ਮੈਡੀਟੇਸ਼ਨ ਜਿਹੜੀ ਆ ਇਹ ਸਿਖਾਈ ਜਾਂਦੀ ਆ ਤੁਹਾਡੇ ਬੁੱਧ ਵਿਹਾਰ ਦੇ ਵਿੱਚ ਕੋਈ ਮੈਡੀਟੇਸ਼ਨ ਦੀਆਂ ਕਲਾਸਾਂ ਚੱਲਦੀਆਂ ਜਾਂ ਉਹਦੇ ਵਿੱਚ ਕੇਸ ਕਮਿਊਨਿਟੀ ਦੇ ਲੋਕ ਆਉਂਦੇ ਆ ਜਿਹੜੇ ਉਹਦੇ ਵਿੱਚ ਹਿੱਸਾ ਲੈਂਦੇ ਆ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋਗੇ ਉਹਦੇ ਲਈ ਇਸ ਤਰ੍ਹਾਂ ਜੈ ਐਲਿਜ਼ੀ ਬਈ ਇੱਕ ਤਾਂ ਗੱਲ ਕਲੀਅਰ ਕਰਨੀ ਚਾਹੀਦੀ ਮੈਂ ਚਾਹੂੰਗਾ ਵੀ ਮੈਡੀਟੇਸ਼ਨ ਇਜ਼ ਫਾਰ ਐਵਰੀਬਾਡੀ ਵੈਦਰ ਹੀ ਇਜ਼ ਬੁੱਧਿਸਟ ਔਰ ਸਿੱਖ ਔਰ ਮੁਸਲਮ ਆ ਤੁਸੀਂ ਬਹੁਤ ਹੀ ਮਾਰ ਕੇ ਦੀ ਗੱਲ ਕੀਤੀ ਆ ਕਿ ਜਿਹੜੀ ਮੈਡੀਟੇਸ਼ਨ ਆ ਉਹ ਕੱਲੇ ਸਿਰਫ ਬੁੱਧਿਸਟਾਂ ਲਈ ਨਹੀਂ ਉਹ ਜਿਹੜੀ ਪੂਰੀ ਦੁਨੀਆ ਆ ਇਹ ਜਿਹੜੀ ਦੁਨੀਆ ਚੱਲ ਰਹੀ ਆ ਇਹ ਜਿਹੜਾ ਮਾਨਵ ਆ ਇਹਦੇ ਵਿੱਚ ਮਾਨਵਤਾ ਲਈ ਜਿਹੜਾ ਮਨ ਦਾ ਕੰਟਰੋਲ ਆ ਉਹਦਾ ਹੋਣਾ ਜਿਹੜਾ ਬਹੁਤ ਜ਼ਰੂਰੀ ਆ ਸੋ ਇਸੇ ਕਰਕੇ ਮੈਂ ਤੁਹਾਡੇ ਕੋਲੋਂ ਇਹ ਜਾਨਣਾ ਚਾਹੁੰਦਾ ਕਿ ਆਪਣੇ ਬੁੱਧ ਵਿਹਾਰ ਦੇ ਵਿੱਚ ਉੱਥੇ ਮੈਡੀਟੇਸ਼ਨ ਦੀਆਂ ਕਲਾਸਾਂ ਲੱਗਦੀਆਂ ਜਿਹਦੇ ਵਿੱਚ ਮੈਂ ਬਹੁਤ ਸਾਰੇ ਅੰਗਰੇਜ਼ ਲੋਕ ਜਿਹੜੇ ਆ ਉਹਦੇ ਵਿੱਚ ਹਿੱਸਾ ਲੈਂਦੇ ਆ ਇਸੇ ਕਰਕੇ ਮੈਂ ਤੁਹਾਡੇ ਕੋਲੋਂ ਇਹ ਇਹ ਸਵਾਲ ਪੁੱਛਿਆ ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਕਿ ਬੁੱਧਿਜ਼ਮ ਦੇ ਵਿੱਚ ਮੈਡੀਟੇਸ਼ਨ ਦੀ ਕੀ ਮਹੱਤਤਾ ਆ ਤਾਂ ਵੀ ਕਿਸ ਤਰ੍ਹਾਂ ਉਹ ਕਲਾਸਾਂ ਲੱਗਦੀਆਂ ਇਸੇ ਕਰਕੇ ਸਵਾਲ ਮੈਂ ਪੁੱਛਿਆ ਇਹਦੇ ਲਈ ਇਸ ਤਰ੍ਹਾਂ ਹੈ ਬਈ ਹਰ ਸੰਡੇ ਡਾਕਟਰ ਮੇਡਕਰ ਮੈਮੋਰੀਅਲ ਕਮੇਟੀ ਵੱਲੋਂ ਜੋ ਬੁੱਧ ਵਿਹਾਰਾਪੁਰ ਦਾ ਸਟਰੀਟ ਵਿਥ ਗੁਲਾਮਟਨ ਵਿਖੇ ਸ਼ਾਮ ਨੂੰ 7 ਤੋਂ 8 ਵਜੇ ਤੱਕ ਮੈਡੀਟੇਸ਼ਨ ਕਲਾਸ ਲੱਗਦੀ ਹੈਗੀ ਆ ਜੀ ਐਵਰੀ ਸੰਡੇ ਤੇ ਐਵਰੀ ਵੈਨਸਡੇ ਵੀ 7 ਤੋਂ 8 ਕਲਾਸ ਲੱਗਦੀ ਹੈ ਉਹ ਟ੍ਰੇਨਿੰਗ ਦੇਣੇ ਵਾਸਤੇ ਹੈਗੀ ਆ ਜਿਨ੍ਹਾਂ ਨੇ 10 ਡੇਜ਼ ਦਾ ਕੋਰਸ ਦਾ ਹੁੰਦਾ ਮਿਨਿਮਮ ਜਿਹੜਾ ਕੁਆਲੀਫਾਈ ਕਰਨਾ ਹੋਵੇ ਜਾਂ ਅੱਛੀ ਤਰ੍ਹਾਂ ਇਹਨੂੰ ਸਮਝਣਾ ਹੋਵੇ ਮੈਡੀਟੇਸ਼ਨ ਨੂੰ ਤਾਂ ਉਹ ਲੈ 10 ਦਿਨ ਦਾ ਵਿਪਸਨਾ ਕੋਰਸ ਹੁੰਦਾ ਜਿਸ ਦਾ ਕਿ ਸੈਂਟਰ ਹੈਰੇਫੋਰਡ ਸੈਂਟਰ ਹੈਗਾ ਗੁਰੂ ਗੋਇੰਕਾ ਜੀ ਵੱਲੋਂ ਚਲਾਇਆ ਗਿਆ ਹੈਗਾ ਸਾਰੇ ਸਾਰੇ ਦੁਨੀਆ ਤੇ ਹੀ ਸੈਂਟਰ ਹੈਗੇ ਆ ਗੋਇੰਕਾ ਜੀ ਦੇ ਵਿਪਸਨਾ ਸੈਂਟਰ ਸਾਡੇ ਜ ਨੇਅਰਸ ਸੈਂਟਰ ਇੰਗਲੈਂਡ ਦੇ ਵਿੱਚ ਉਹ ਹੈਰੇਫੋਰਡ ਸ਼ਾਇਰ ਵਿੱਚ ਹੈਗਾ ਉਥੇ 10 ਦਿਨ ਦਾ ਕੋਰਸ ਹੁੰਦਾ ਜਿਹੜੇ ਉਹ ਕੋਰਸ ਕਰਕੇ ਜਾਂਦੇ ਉਹਨਾਂ ਵਾਸਤੇ ਬੋਧ ਵਿਹਾਰਾ ਲੋਂ ਸੰਡੇ ਨੂੰ ਕਲਾਸ ਲੱਗਦੀ ਹੈਗੀ 7 ਤੋਂ 8 ਵਜੇ 7 ਤੋਂ 8 ਵਜੇ ਤੱਕ ਜਿਹੜਾ ਮੈਡੀਟੇਸ਼ਨ ਦੀ ਪ੍ਰੈਕਟਿਸ ਕਰਦੇ ਹੈਗੇ ਆ ਔਰ ਸਾਢੇ 7 ਤੋਂ ਲੈ ਕੇ 8 ਵਜੇ ਤੱਕ ਬੰਤੇਜ ਜੀ ਆਪਣੇ ਪ੍ਰਵਚਨ ਕਰਦੇ ਹੈਗੇ ਮੈਡੀਟੇਸ਼ਨ ਦੀ ਜੋ ਇੰਪੋਰਟੈਂਸ ਹੈਗੀ ਆ ਉਹਨੂੰ ਸਮਝਾਉਂਦੇ ਹੈਗੇ ਆ ਜੋ ਗਾਥਾ ਹੈਗੀ ਆ ਭਗਵਾਨ ਬੁੱਧ ਨੇ ਜੋ ਮੈਡੀਟੇਸ਼ਨ ਬਾਰੇ ਜੋ ਜਾਣਕਾਰੀ ਦਿੱਤੀ ਹੈ ਜੋ ਦੀ ਇੰਪੋਰਟੈਂਸ ਬਾਰੇ ਦੱਸਿਆ ਉਹ ਐਕਸਪਲੇਨ ਕਰਕੇ ਦੱਸਦੇ ਹੈ ਔਰ ਇਹ ਜਿਹੜੀ ਜਿਹੜੀ ਕਲਾਸਿਸ ਹੈਗੀ ਆ ਇਹ ਹਰੇਕ ਪ੍ਰਾਣੀ ਲਈ ਹਰੇਕ ਇਨਸਾਨ ਲਈ ਚਾਹੇ ਗੋਰਾ ਆ ਚਾਹੇ ਕਾਲਾ ਆ ਚਾਹੇ ਇੰਡੀਅਨ ਆ ਚਾਹੇ ਪਾਕਿਸਤਾਨੀ ਹੈ ਜਾਂ ਕੋਈ ਕੋਈ ਵੀ ਬੰਦਾ ਹੈਗਾ ਹਰੇਕ ਲਈ ਫ੍ਰੀ ਹੈਗੇ ਐਵਰੀਬਾਡੀ ਇਸ ਵੈਲਕਮ ਇਹ ਤੋਂ ਇਲਾਵਾ ਜਿਹੜੇ ਬੱਚਿਆਂ ਲਈ ਸਪੈਸ਼ਲ ਕਲਾਸਿਸ ਦਾ ਅਸੀਂ ਅਰੇਂਜ ਕਰਦੇ ਹਾਂ ਟਾਈਮ ਟੂ ਟਾਈਮ April ਦੇ ਵਿੱਚ ਡੇਟ ਹਲੇ ਫਿਕਸ ਨਹੀਂ ਹੋਈ ਹੈਰੀਫੋਰਡ ਸੈਂਟਰ ਵੱਲੋਂ ਬੱਚਿਆਂ ਦਾ ਇੱਕ ਦਿਨ ਦਾ ਮੈਡੀਟੇਸ਼ਨ ਕੋਰਸ ਕਮੇਟੀ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਜਦੋਂ ਹੀ ਉਹਦੀ ਡੇਟ ਸਾਡੇ ਕੋਲ ਆਊਗੀ ਤਾਸੀਂ ਆਪਣੇ ਦਰਸ਼ਕਾਂ ਦੱਸਾਂਗੇ ਜਿਹੜੇ 7 ਤੋਂ ਲੈ ਕੇ 13 ਸਾਲ ਦੇ ਬੱਚੇ ਤੇ ਹੈਗੇ ਉਹਨਾਂ ਲਈ ਬॉयਜ਼ ਐਂਡ ਗਰਲਜ਼ ਬੋਥ ਵਾਸਤੇ ਇੱਕ ਇੱਕ ਦਿਨ ਦਾ ਸਪੈਸ਼ਲ ਕੋਰਸ ਅਰੇਂਜ ਕਰਨ ਜਾ ਰਹੇ ਹਾਂ ਉਹਦੀ ਡੇਟ ਅਸੀਂ ਤੁਹਾਨੂੰ ਬਾਅਦ ਦੱਸਾਂਗੇ ਇਸ ਤਰ੍ਹਾਂ ਟਾਈਮ ਟੂ ਟਾਈਮ ਮੈਥੈਟਿਕਸ ਦੇ ਕੋਰਸਸ ਚੱਲਦੇ ਰਹਿੰਦੇ ਹੈਗੇ ਆ ਔਰ ਰੈਗੂਲਰ ਕਲਾਸਿਸ ਜਿਹੜੀ ਹੈਗੀ ਆ ਉਹ ਸੰਡੇ ਐਵਰੀ ਸੰਡੇ ਅਸੀਂ ਚੱਲਦੀ ਹੈਗੀ ਆ ਅ ਥੈਂਕ ਯੂ ਵੈਰੀ ਮਚ ਬਿਰਦੀ ਸਾਹਿਬ ਤੁਸੀਂ ਅੱਜ ਕਾਫੀ ਇਨਫਾਰਮੇਸ਼ਨ ਜਿਹੜੇ ਤੁਹਾਡੇ ਆਉਣ ਵਾਲੇ ਪ੍ਰੋਗਰਾਮ ਆ ਉਹ ਕਿਸ ਤਰ੍ਹਾਂ ਦੇ ਹੋਇਆ ਕਰਨਗੇ ਤੁਸੀਂ ਜਿਹੜਾ ਜਿਹੜਾ ਇਹ ਲੋਟਸ ਟੀਵੀ ਸਟਾਰਟ ਕੀਤਾ ਆ ਇਥੋਂ ਤੁਸੀਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਰਿਲੇ ਕਰਕੇ ਸਾਡੇ ਦਰਸ਼ਕਾਂ ਤੱਕ ਪਹੁੰਚਾਉਣੇ ਆ ਔਰ ਦਰਸ਼ਕੋ ਤੁਹਾਨੂੰ ਵੀ ਮੈਂ ਇਹ ਨਿਮਰਤਾ ਸਾਹਿਤ ਬੇਨਤੀ ਕਰਦਾ ਕਿ ਜ ਤੁਸੀਂ ਸਾਨੂੰ ਆਪਣੇ ਸੁਝਾਅੋ ਜਿਹੜੇ ਆ ਉਹ ਤੁਸੀਂ ਸਾਨੂੰ ਜਿਹੜਾ ਕਮੇਟੀ ਦਾ ਨੰਬਰ ਥੱਲੇ ਆ ਉਥੇ ਤੁਸੀਂ ਸਾਨੂੰ ਆਪਣੇ ਸੁਝਾਅ ਦੇ ਸਕਦੇ ਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਜਿਹੜੇ ਪ੍ਰੋਗਰਾਮ ਆ ਇਹਨਾਂ ਦੀ ਕੁਆਲਿਟੀ ਜਿਹੜੀ ਆ ਉਹ ਬਣਾ ਸਕਦੇ ਆ ਕਿਉਂਕਿ ਸਾਨੂੰ ਪਤਾ ਅਸੀਂ ਹੱਲੇ 2-3 ਪ੍ਰੋਗਰਾਮ ਹੀ ਦਿੱਤੇ ਹਨ ਆ ਚੌਥਾ ਪ੍ਰੋਗਰਾਮ ਹੈ ਜਿਹਦੇ ਵਿੱਚ ਸਾਨੂੰ ਕਾਫੀ ਫੀਡਬੈਕ ਆ ਰਹੀ ਹੈ ਕਿ ਲੋਕ ਜਿਹੜੇ ਜਿਹੜੇ ਇੰਟੈਲੈਕਚੁਅਲ ਲੋਕ ਨੇ ਉਹ ਸਾਨੂੰ ਆਪਣੀਆਂ ਰਾਵਾਾਂ ਜਿਹੜੀਆਂ ਆ ਉਹ ਭੇਜ ਰਹੇ ਨੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਅਸੀਂ ਉਹਨਾਂ ਦੀਆਂ ਰਾਵਾਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਸਿਰ ਮੱਥੇ ਕਬੂਲ ਕਰਦੇ ਹਾਂ ਕਿਉਂਕਿ ਇਹ ਪ੍ਰੋਗਰਾਮ ਆਪ ਲਈ ਹੀ ਕੀਤਾ ਜਾ ਰਿਹਾ ਹੈ ਇਸ ਕਰਕੇ ਆਪ ਜੀ ਦੀਆਂ ਜੋ ਸੁਜੈਸ਼ਨਸ ਹਨ ਉਹਨਾਂ ਨੂੰ ਸੁਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਇਹ ਪ੍ਰੋਗਰਾਮਾਂ ਨੂੰ ਆਪਸੀ ਦੇ ਹਰਮਨ ਪਿਆਰੇ ਪ੍ਰੋਗਰਾਮ ਬਣਾਉਣਾ ਹੈ ਤਾਂ ਆਪ ਸਭ ਲੋਕਾਂ ਨੂੰ ਇਹਦੇ ਇਹਦੇ ਵਿੱਚ ਇਨਵੋਲਵ ਕਰਨਾ ਇਹ ਜਿਹੜਾ ਜਿਹੜਾ ਬਹੁਤ ਜ਼ਰੂਰੀ ਹੈ ਅ ਰੇਖਾ ਜੀ ਮੈਨੇ ਤੁਹਾਡੇ ਕੋਲੋਂ ਪਹਿਲਾਂ ਵੀ ਇਹ ਸਵਾਲ ਪੁੱਛਿਆ ਸੀ ਕਿਉਂਕਿ ਹੁਣ ਬਿਰਦੀ ਸਾਹਿਬ ਹੁਣਾਂ ਨੇ ਤਾਂ ਬਹੁਤ ਡਿਟੇਲ ਦੇ ਵਿੱਚ ਜਿਹੜੀ ਆਪਣੀ ਬੋਲਰ ਹੈਮਪਟਨ ਸੈਂਟਰ ਆ ਮੈਂ ਹੋਰ ਐਡੀਸ਼ਨ ਕਰਨੀ ਚਾਹਾਂਗਾ ਮੈਡੀਟੇਸ਼ਨ ਕੋਰਸ ਦੇ ਵਿੱਚ ਹੁਣੇ-ਹੁਣੇ ਪ੍ਰਧਾਨ ਜੀ ਕਾਲਜੀ ਨੇ ਇਨਫਾਰਮੇਸ਼ਨ ਦਿੱਤੀ ਆ ਜਿਹੜੀ ਦਰਸ਼ਕੋ ਤੁਹਾਡੇ ਨਾਲ ਡੇਟ ਦੀ ਗੱਲ ਕਰਦੇ ਸੀਗੇ ਉਹ ਡੇਟ 23 April ਹੈ 23 April ਨੂੰ ਬੱਚਿਆਂ ਨੂੰ ਮਿਲ ਗਈ ਹੁਣੇ ਮਿਲ ਗਈ ਆ 23 April ਨੂੰ ਬੱਚਿਆਂ ਦਾ ਇੱਕ ਦਿਨ ਦਾ ਮੈਡੀਟੇਸ਼ਨ ਕੋਰਸ ਹੋ ਰਿਹਾ ਪਾਲ ਟ੍ਰੇਨ ਟੀਚਰ ਆ ਰਹੇ ਹੈਰੀਫੋਰਡ ਤੋਂ ਤਾਂ ਜਿਨ੍ਹਾਂ ਵੀ ਬੱਚਿਆਂ ਨੇ ਪੇਰੈਂਟਸ ਨੇ ਉਹਤੇ ਆਪਣੇ ਬੱਚਿਆਂ ਨੂੰ ਭੇਜਣਾ ਹੋਵੇ ਉਹ ਥੱਲੇ ਟੀਵੀ ਸਕਰੀਨ ਦੇ ਅ ਨੰਬਰ ਆ ਰਿਹਾ ਹੈ 01902715094 ਉਤੇ ਕੰਟੈਕਟ ਕਰਕੇ ਆਪਣੇ ਬੱਚਿਆਂ ਦੀ ਬੁਕਿੰਗ ਕਰਾ ਸਕਦੇ ਆ ਤਾਂ ਕਿ ਉਹਨਾਂ ਦੀ ਸੀਟ ਰਿਜ਼ਰਵ ਹੋ ਜਾਏ 23 ਅਪ੍ਰੈਲ ਨੂੰ ਬੱਚਿਆਂ ਦਾ ਇੱਕ ਦਿਨ ਦਾ ਮੈਡੀਟੇਸ਼ਨ ਕੈਂਪ ਕਮੇਟੀ ਵੱਲੋਂ ਬੁੱਧਵਾਰ ਵੀਕ ਤੇ ਲੱਗ ਰਿਹਾ ਹੈ ਥੈਂਕ ਯੂ ਪਿਆਰੇ ਦਰਸ਼ਕੋ ਬਿਰਦੀ ਸਾਹਿਬ ਨੇ ਤੁਹਾਨੂੰ ਇਹ ਦੱਸ ਹੀ ਦਿੱਤਾ ਕਿ 13 ਅਪ੍ਰੈਲ ਨੂੰ ਸੌਰੀ 23 ਅਪ੍ਰੈਲ ਨੂੰ ਜਿਹੜੀ ਬੱਚਿਆਂ ਦੀ ਮੈਡੀਟੇਸ਼ਨ ਦੀ ਕਲਾਸ ਹੈਗੀ ਆ ਉਹ ਲੱਗਣੀ ਆ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਦੱਸਿਆ ਇਹ ਜ਼ਰੂਰੀ ਨਹੀਂ ਕਿ ਤੁਸੀਂ ਬੁੱਧਿਸਟ ਹੀ ਹੈਗੇ ਆਂ ਕਰਕੇ ਤਾਂ ਤੁਸੀਂ ਮੈਡੀਟੇਸ਼ਨ ਬਾਰੇ ਜਾਨਣਾ ਹੈ ਕੋਈ ਵੀ ਕਿਸੇ ਵੀ ਧਰਮ ਵਿੱਚ ਤੁਸੀਂ ਯਕੀਨ ਰੱਖਦੇ ਆ ਉਹ ਤੁਹਾਡੀ ਆਪਣੀ ਇੰਡੀਵਿਜੂਅਲ ਮੈਟਰ ਹੈ ਲੇਕਿਨ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਮੈਡੀਟੇਸ਼ਨ ਬਾਰੇ ਕੋਈ ਗਿਆਨ ਦਿਵਾਉਣਾ ਹੈ ਤਾਂ ਮੈਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਇਸ ਆਫਰ ਦਾ ਤੁਸੀਂ ਜਰੂਰ ਫਾਇਦਾ ਉਠਾਵੋ ਕਿ ਜਿਹੜਾ 23 April ਨੂੰ ਉੱਥੇ ਬੱਚਿਆਂ ਦਾ ਆ ਪ੍ਰੋਗਰਾਮ ਚੱਲ ਰਿਹਾ ਉਦੇ ਵਿੱਚ ਆਪਣੇ ਬੱਚਿਆਂ ਨੂੰ ਭੇਜ ਕੇ ਜਿਹੜੀ ਬੇਸਿਕ ਮੈਡੀਟੇਸ਼ਨ ਦੇ ਕੀ ਅਸੂਲ ਹੈਗੇ ਕੀ ਇਹਦੇ ਫਾਇਦੇ ਹੈਗੇ ਆ ਕਿਸ ਤਰ੍ਹਾਂ ਇਹਦੇ ਫਾਇਦੇ ਹੈਗੇ ਆ ਕਿਸ ਤਰ੍ਹਾਂ ਇਹ ਤੁਹਾਡੀ ਬਾਡੀ ਦੇ ਉੱਤੇ ਇਫੈਕਟ ਕਰਦੀ ਆ ਕਿੱਦਾਂ ਤੁਹਾਡੇ ਜੀਵਨ ਦੇ ਉੱਤੇ ਇਫੈਕਟ ਕਰਦੀ ਆ ਕਿੱਦਾਂ ਤੁਹਾਡਾ ਮਾਈਂਡ ਜਿਹੜਾ ਕੰਟਰੋਲ ਦੇ ਵਿੱਚ ਆ ਤੁਸੀਂ ਆਪਣੀ ਐਜੂਕੇਸ਼ਨ ਦੇ ਵਿੱਚ ਉਹਨੂੰ ਕਨਸੈਂਟਰੇਟ ਕਰ ਸਕਦੇ ਆ ਆਪਣੇ ਕੰਮਕਾਰਾਂ ਵਿੱਚ ਉਹਨੂੰ ਕਨਸੈਂਟਰੇਟ ਕਰ ਸਕਦੇ ਆ ਆਪਣੇ ਬਿਜ਼ਨਸ ਵਿੱਚ ਉਹਨੂੰ ਕਨਸੈਂਟਰੇਟ ਕਰ ਸਕਦੇ ਆ ਤੁਸੀਂ ਆਪਣੇ ਮਾਈਂਡ ਤੋਂ ਵੱਧ ਤੋਂ ਵੱਧ ਉਹਦਾ ਲਾਹਾ ਲੈ ਸਕਦੇ ਆ ਸੋ ਇਸ ਕਰਕੇ ਮੇਰੀ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਜੋ ਕੈਂਪ ਲੱਗ ਰਿਹਾ ਹੈ ਉਸ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ ਹਾਂ ਰੇਖਾ ਜੀ ਮੈਂ ਆਪ ਜੀ ਤੋਂ ਪੁੱਛਣ ਜਾ ਰਿਹਾ ਸੀਗਾ ਕਿ ਜਿਸ ਤਰ੍ਹਾਂ ਕਿਉਂਕਿ ਇਹ ਤਾਂ ਪਹਿਲਾਂ ਤੈਹ ਹੋ ਹੀ ਚੁੱਕਿਆ ਹੈ ਕਿ ਆਪ ਜੀ ਨੇ ਜੋ ਲੇਡੀਜ਼ ਦੇ ਪ੍ਰੋਗਰਾਮ ਹਨ ਉਹ ਤੁਸੀਂ ਅ ਪ੍ਰੇਜ਼ੈਂਟ ਕਰਿਆ ਕਰਨੇ ਹਨ ਜੋ ਲੇਡੀਜ਼ ਹੈ ਉਹਨਾਂ ਨੂੰ ਤੁਹਾਡੇ ਮਾਈਂਡ ਦੇ ਵਿੱਚ ਕੋਈ ਇਹੋ ਜਿਹੀ ਪਲਾਨਿੰਗ ਤੁਸੀਂ ਤਿਆਰ ਕੀਤੀ ਹੋਈ ਹੈ ਕਿ ਕਿਹੜੇ ਤਰੀਕੇ ਦੇ ਨਾਲ ਤੁਸੀਂ ਉਹ ਪ੍ਰੋਗਰਾਮ ਤਿਆਰ ਕਰਨੇ ਹਨ ਤਾਂ ਕਿ ਜਿਹੜੀਆਂ ਜ਼ਰੂਰੀ ਨਹੀਂ ਕਿ ਬੁੱਧਿਸਟ ਹੀ ਕਿਉਂਕਿ ਜਿਹੜੇ ਆਪਣੇ ਬਿਊਰ ਆ ਉਹ ਸਾਰੇ ਮਿਕਸ ਨੇ ਉਹ ਦੂਸਰੇ ਧਰਮਾਂ ਦੇ ਵਿੱਚ ਵੀ ਫੇਥ ਰੱਖਣ ਵਾਲੇ ਨੇ ਲੇਕਿਨ ਇਹ ਜ਼ਰੂਰੀ ਨਹੀਂ ਕਿ ਜਿਸ ਧਰਮ ਦੇ ਵਿੱਚ ਤੁਸੀਂ ਫੇਥ ਰੱਖਦੇ ਆ ਸਿਰਫ ਚੰਗੀ ਗੱਲ ਉਹਦੇ ਵਿੱਚੋਂ ਹੀ ਦੱਸੀ ਜਾ ਸਕਦੀ ਹੈ ਹਰ ਧਰਮ ਦੇ ਵਿੱਚ ਚੰਗੀਆਂ ਗੱਲਾਂ ਹੁੰਦੀਆਂ ਹਰ ਧਰਮ ਦੇ ਵਿੱਚ ਬੁਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਚੰਗੀਆਂ ਗੱਲਾਂ ਆ ਅਗਰ ਤੁਸੀਂ ਹਰ ਧਰਮ ਦੇ ਵਿੱਚ ਉਹ ਉਹਨਾਂ ਚੰਗੀਆਂ ਨੂੰ ਇਕੱਠੇ ਕਰ ਲਓ ਤਾਂ ਇੱਕ ਤੁਸੀਂ ਸੁਪਰ ਪਰਸਨ ਬਣ ਜਾਂਦੇ ਆ ਤੋ ਇਸ ਤਰ੍ਹਾਂ ਤੁਹਾਡੇ ਮਾਈਂਡ ਦੇ ਵਿੱਚ ਕੋਈ ਇਹੋ ਜਿਹੀ ਪਲਾਨਿੰਗ ਹੈ ਲੇਡੀਜ਼ ਵਾਸਤੇ ਜਿਹੜੀ ਕਿ ਤੁਸੀਂ ਜਿਹੜੇ ਲੇਡੀਜ਼ ਦੇ ਪ੍ਰੋਗਰਾਮ ਦਿਆ ਕਰਨੇ ਆ ਉਹਦੇ ਵਿੱਚ ਤੁਸੀਂ ਉਹ ਆਪਣੀ ਲੇਡੀਜ਼ ਨੂੰ ਦੱਸਿਆ ਕਰੋਗੇ ਹਾਂਜੀ ਬਿਲਕੁਲ ਇਹ ਤਾਂ ਬਹੁਤ ਹੀ ਮਹੱਤਵਪੂਰਨ ਸਾਡੀ ਜ਼ਿੰਮੇਵਾਰੀ ਬਣਦੀ ਹੈ ਲੇਡੀਜ਼ ਦੇ ਲਈ ਔਰਤਾਂ ਦੇ ਲਈ ਲੜਕੀਆਂ ਦੇ ਲਈ ਬਹੁਤ ਸਾਰੇ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਉਲੀਕਣੇ ਹਨ ਸਾਰੇ ਵੱਖਰੇ ਵੱਖਰੇ ਅਸੀਂ ਉਹਨਾਂ ਨੂੰ ਸਾਰੇ ਤਰ੍ਹਾਂ ਦੇ ਲੇਡੀਜ਼ ਨੂੰ ਇਕੱਠੇ ਕਰਕੇ ਜਾਂ ਕਿਸ-ਕਿਸ ਏਰੀਆ ਦੇ ਵਿੱਚ ਕਿਸ-ਕਿਸ ਪੱਖ ਦੇ ਵਿੱਚ ਕਿਸ ਨੌਲੇਜ ਦੇ ਵਿੱਚ ਕਿਸ ਏਰੀਆ ਦੇ ਵਿੱਚ ਕਿਹੜੇ ਗੋਡ ਨੇ ਕਿਹੜੀ ਪਾਸੇ ਉਹਨਾਂ ਦੀ ਜ਼ਿਆਦਾ ਰੁਚੀ ਹੈ ਕਿਹੜੇ ਪਾਸੇ ਸਾਨੂੰ ਹੋਰ ਜ਼ਿਆਦਾ ਵਧਾਣਾ ਹੈ ਜੰਗਸਟਰ ਗਰਲਸ ਨੂੰ ਉਸ ਪਾਸੇ ਲੈ ਕੇ ਜਾਣਾ ਹੈ ਜਿਸ ਤਰ੍ਹਾਂ ਸਾਡੇ ਹੁਣ ਯੰਗ ਜਨਰੇਸ਼ਨ ਹੈ ਉਹਨਾਂ ਦਾ ਜਿਹੜਾ ਗੈਪ ਹੈ ਇੱਕ ਦੂਜੇ ਦੇ ਨਾਲ ਗੱਲਬਾਤ ਦੇ ਵਿੱਚ ਜਾਂ ਅੰਡਰਸਟੈਂਡਿੰਗ ਦੇ ਵਿੱਚ ਉਹਦਾ ਵੀ ਬੈਲੈਂਸ ਬਣਾਉਣਾ ਹੈ ਤੇ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਸੁਭਾਅ ਸੁਝਾਅ ਹੈਗੇ ਨੇ ਤੇ ਟਾਈਮ ਦੇ ਟਾਈਮ ਦੇ ਨਾਲ-ਨਾਲ ਅਸੀਂ ਉਹ ਸਾਰਾ ਇੱਕ ਪੈਟਰਨ ਬਣਾਵਾਂਗੇ ਕਿ ਕਿਹੜੇ-ਕਿਹੜੇ ਅਸੀਂ ਗਰੁੱਪ ਬਣਾਵਾਂਗੇ ਉਹਨਾਂ ਨੂੰ ਗਰੁੱਪਾਂ ਦੇ ਵਿੱਚ ਵੰਡ ਕੇ ਹਰ ਤਰ੍ਹਾਂ ਦਾ ਅਸੀਂ ਉਹਨਾਂ ਨੂੰ ਪੈਟਰਨ ਦੇ ਨਾਲ ਹਰ ਤਰ੍ਹਾਂ ਦੇ ਗਰੁੱਪ ਬਣਾਵਾਂਗੇ ਜੰਗ ਗਰੁੱਪ ਮਿਡਲ ਏਜ ਗਰੁੱਪ ਫੇਰ ਕੁਝ ਐਦਾਂ ਦੇ ਗਰੁੱਪ ਹਨ ਜਿਹੜੇ ਸਾਡੇ ਬਹੁਤ ਸਾਰੇ ਭੈਣ ਜੀ ਆਂਟੀ ਜੀ ਜਿਹੜੇ ਪੰਜਾਬੀ ਲਿਖਣੀ ਸਿੱਖ ਗਏ ਆ ਕਵਿਤਾਵਾਂ ਲਿਖਣੀਆਂ ਸਿੱਖ ਗਏ ਆ ਉਹ ਪੋਇਟਰੀ ਸ਼ਾਇਰੀ ਦੇ ਵਿੱਚ ਬਹੁਤ ਇੰਟਰਸਟਿਡ ਨੇ ਉਹਨਾਂ ਸਾਰਿਆਂ ਦਾ ਜਿਹੜਾ ਟੈਲੈਂਟ ਹੈ ਜੀ ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੁਸੀ ਉਹਨਾਂ ਦਾ ਕਦੀ ਮੌਕਾ ਨਹੀਂ ਮਿਲਿਆ ਹੋਵੇਗਾ ਤੁਹਾਨੂੰ ਸੁਣਨ ਦਾ ਤੇ ਉਹਨਾਂ ਦੇ ਵਿੱਚ ਬਹੁਤ ਸਾਰਾ ਅੰਦਰ ਭਰਿਆ ਹੋਇਆ ਭਾਵਨਾਵਾਂ ਭਰੀਆਂ ਹੋਈਆਂ ਉਹਨਾਂ ਦੀਆਂतरह-तरह ਦੀਆਂ ਭਾਵਨਾਵਾਂ ਧਰਮ ਨਾਲ ਰਿਲੇਟਡ ਸੋਸ਼ਲ ਲਾਈਫ ਨਾਲ ਰਿਲੇਟਡ ਔਰਤਾਂ ਦੇ ਹੋਰ ਉਹਨਾਂ ਦੇ ਵਿੱਚ ਇੰਪਰੂਵਮੈਂਟ ਲਿਆਉਣ ਦੇ ਵਿੱਚ ਔਰਤਾਂ ਦੀ ਭਲਾਈ ਬੱਚਿਆਂ ਦੀ ਭਲਾਈ ਜੰਗਸਟਰ ਲੜਕੀਆਂ ਦੇ ਲਈ ਗਾਈਡੈਂਸ ਉਹ ਸਾਰਾ ਅਸੀਂ ਸਾਰੀਆਂ ਔਰਤਾਂ ਦੇ ਵਿੱਚ ਜਿੰਨਾ ਜਿੰਨਾ ਉਹਨਾਂ ਦੇ ਕੋਲ ਤਜਰਬਾ ਹੈ ਉਸ ਤਜਰਬੇ ਨੂੰ ਹਰ ਤਰੀਕੇ ਦੇ ਨਾਲ ਟਾਈਮ-ਟਾਈਮ ਦੇ ਨਾਲ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਾਂਗੇ ਔਰ ਹੋ ਸਕਦਾ ਸਾਰੀਆਂ ਉਹਦੇ ਉੱਪਰ ਲੇਡੀ ਵਰਕ ਜਿਹੜਾ ਹੈ ਬਹੁਤ ਸਾਰਾ ਉਹਦੇ ਵਿੱਚੋਂ ਫਾਇਦਾ ਲਏਗਾ ਰੇਖਾ ਜੀ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ ਹੈ ਤੁਸੀਂ ਅੱਜ ਦੀ ਅੱਜ ਦੀ ਜੋ ਡਿਬੇਟ ਦੇ ਵਿੱਚ ਹਿੱਸਾ ਲਿਆ ਬਹੁਤ ਹੀ ਮਹੱਤਵਪੂਰਨ ਗੱਲਾਂ ਸਾਨੂੰ ਦਸੀਆਂ ਅ ਬਿਰਦੀ ਸਾਹਿਬ ਆਪ ਜੀ ਦਾ ਵੀ ਬਹੁਤ ਸ਼ੁਕਰੀਆ ਹੈ ਹੁਣ ਟਾਈਮ ਖਤਮ ਹੋ ਰਿਹਾ ਹੈ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਜਾ ਰਹੇ ਹਾਂ ਸੰਡੇ ਸੰਡੇ ਵਾਲਾ ਪ੍ਰੋਗਰਾਮ ਜੋ ਸਾਡਾ ਹੈ ਐਤਵਾਰ ਵਾਲਾ ਪ੍ਰੋਗਰਾਮ ਜੋ ਸਾਡਾ ਹੈ ਉਹ 11 ਤੋਂ 12 ਵਜੇ ਆਉਂਦਾ ਹੈ ਅਤੇ ਬੁੱਧਵਾਰ ਵਾਲਾ ਪ੍ਰੋਗਰਾਮ ਜੋ ਸ਼ਾਮ ਨੂੰ 5 ਤੋਂ 6 ਵਜੇ ਤੱਕ ਆਉਂਦਾ ਹੈ ਮੈਂ ਆਪ ਸਭ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਇਹ ਦੱਸੋ ਕਿ ਇਹ ਪ੍ਰੋਗਰਾਮ ਜਿਹੜਾ ਹੈ ਹਰ ਐਤਵਾਰ ਨੂੰ 11 ਤੋਂ 12 ਹਰ ਬੁੱਧਵਾਰ ਨੂੰ 5 ਤੋਂ 6 ਵਜੇ ਆਉਂਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਹੀ ਨਮੋ ਬੁੱਧਾ ਜੈ ਪੀਨ Thank you.